ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਿਮਰਤ। ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਬੁਧ ਦੀ ਜੈ ਜਿਤ ਵਿਸਰੈ ਨਾਹੀਂ, ਸਾਮਤ ਦੀ ਜੈ ਜਿਤ ਤੁਧ ਧਿਆਨ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਓਟ ਨਾਨਕ ਓਟ ਨਾਨਕ ਗੁਰ ਚਰਣਾ ਜੀ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ। ਦੁਨੀਆ ਸੇ ਮੇਲਾ
ਸ਼ਾਨੀ ਮਾਰੇ ਫਿਕਰ ਨਾ ਨਾ
आसमान में आने लहन दरिया गुसल कर दन बूद आसमान में आने लहन दरिया गुसल कर दन बूद कर फकर दायम लाए जश में मौजूद कर फकर दायम लाए जश में बंदे खोज दिल हर रोज ना के परेशानी मारे बंदे खोज दिल हा खोज दिल हर रोज ना फिर परेशानी मारे शक करो जे दूसर होए अल्लाह पाक पाक है शक करो सर होए शक करो जे दूसर होए करो जे दूसर होए।
ਸ਼ੱਕ ਕਰੋ ਜੇ ਦੂਸਰ ਹੋਏ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਪਰੈ ਜਾਣੈ ਸੋਏ, ਕਬੀਰ ਕਰਮ ਰਿਸਾ ਸੰਗਤ ਜੀ, ਜੋ ਸ਼ਬਦ ਅਸੀਂ ਗਾਇਨ ਕੀਤਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 727 ਅੰਕ 'ਤੇ ਸੁਸ਼ੋਭਿਤ ਹੈ। ਸ਼ਬਦ ਦਾ ਸਿਰਲੇਖ ਹੈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਕਬੀਰ ਸਾਹਿਬ ਦਾ ਸ਼ਬਦ ਹੈ। ਤਿਲੰਗ ਰਾਗ ਵਿੱਚ ਇਹ ਆਖਿਰ 'ਤੇ ਚਾਰ ਲਿਖਿਆ, ਉਸ ਤੋਂ ਬਾਅਦ ਇੱਕ ਲਿਖਿਆ, ਚੌਪਦੇ ਦਾ ਸ਼ਬਦ ਹੈ ਔਰ ਕਬੀਰ ਸਾਹਿਬ ਦਾ ਪਹਿਲਾ ਸ਼ਬਦ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਬਾਣੀ ਵਿੱਚ ਰਹਾਉ ਲਿਖਿਆ ਹੁੰਦਾ। ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ। ਅਸੀਂ ਆਪਣੇ ਇਸ ਅੱਜ ਦੇ ਟੌਪਿਕ ਵਿੱਚ ਰਹਾਉ ਨੂੰ ਸਮਝਾਂਗੇ। ਮੈਨੂੰ ਪ੍ਰਬੰਧਕ ਸੱਜਣਾ ਨੇ ਦੱਸਿਆ ਕਿ ਅਸੀਂ ਅੱਜ ਭਾਈ ਗੁਰਦਾਸ ਜੀ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰ ਰਹੇ ਹਾਂ। ਭਾਈ ਗੁਰਦਾਸ ਜੀ ਬਾਣੀ ਪੜ੍ਹਦੇ ਸਨ, ਬਾਣੀ ਵਿਚਾਰਦੇ ਸਨ, ਇਹ ਸਾਨੂੰ ਇਤਿਹਾਸ ਸੁਣਨ ਨੂੰ ਮਿਲਦਾ।
ਅੱਜ ਦੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹ ਕੇ ਸਮਝਾਂਗੇ ਕਿ ਮੇਰਾ ਕੀ ਫਰਜ਼ ਬਣਦਾ ਹੈ, ਮੈਂ ਕਿਹੜੀ ਬਾਣੀ ਪੜ੍ਹਨੀ, ਮੈਨੂੰ ਕਿਹੜੀ ਗੱਲ ਸੁਣਨੀ ਆ, ਮੈਨੂੰ ਨਿੱਜ ਘਰ ਦੀ ਬਾਣੀ ਪੜ੍ਹਨੀ ਹੈ ਜਾਂ ਮੈਨੂੰ ਆਪਣੀ ਮਨ ਮਰਜ਼ੀ ਦੀ ਕੋਈ ਬਾਣੀ ਪੜ੍ਹਨੀ ਹੈ। ਸੋ ਮੈਨੂੰ ਅੱਜ ਦੇ ਸ਼ਬਦ 'ਚੋਂ ਸਮਝਾਇਆ ਜਾਏਗਾ ਕਿ ਤੂੰ ਨਿੱਜ ਘਰ ਅੰਤਰ ਆਤਮੇ ਦੀ ਬਾਣੀ ਪੜ੍ਹਿਆ ਕਰ। ਨਿੱਜ ਘਰ ਅੰਤਰ ਆਤਮੇ ਦੀ ਬਾਣੀ ਨੂੰ ਰੱਬ ਜੀ ਦੀ ਬਾਣੀ ਕਹਿੰਦੇ ਨੇ। ਹਰ ਕਿਸੇ ਦੇ ਅੰਦਰ ਇੱਕ ਸੱਚ ਦਾ ਖਜ਼ਾਨਾ, ਜਿਸ ਨੂੰ ਅਸੀਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹਰ ਕਿਸੇ ਦੇ ਅੰਦਰ ਨਾਲ ਲਿਖਿਆ ਹੋਇਆ, ਕਿਉਂਕਿ ਹਰ ਕਿਸੇ ਦੇ ਅੰਦਰ ਰੱਬ ਜੀ ਖੁਦਾ ਵਾਹਿਗੁਰੂ ਵੱਸਦਾ ਹੈ। ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਉਸਨੂੰ ਰੂਹ ਦੀ, ਜ਼ਮੀਰ ਦੀ ਆਵਾਜ਼ ਕਹਿੰਦੇ ਨੇ, ਉਹਨੂੰ ਦਿਲ ਦੀ ਆਵਾਜ਼ ਕਹਿੰਦੇ ਨੇ। ਜਦੋਂ ਕਦੀ ਵੀ ਅਸੀਂ ਕਿਸੇ ਨੂੰ ਪੁੱਛੀਏ ਤੂੰ ਇਹ ਗੱਲ ਦਿਲ ਨਾਲ ਕਹਿ ਰਿਹਾ, ਇਹਦਾ ਮਤਲਬ ਸੱਚੇ ਹਿਰਦੇ ਨਾਲ ਕਹਿ ਰਿਹਾ। ਸੱਚਾ ਹਿਰਦਾ ਉਹ ਹੁੰਦਾ ਜਿੱਥੇ ਰੱਬ ਜੀ ਵੱਸਦੇ ਨੇ, ਸੱਚਾ ਹਿਰਦਾ ਦੀ ਗੱਲ ਸੱਚੀ ਹੁੰਦੀ ਆ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਮੇਰੇ ਨਿੱਜ ਘਰ ਵਿੱਚ ਖੁਦਾ ਵਾਹਿਗੁਰੂ ਰੱਬ ਜੀ ਵੱਸਦੇ ਨੇ, ਤਾਂ ਉਹਨਾਂ ਦੀ ਜਿਹੜੀ ਅੰਦਰ ਵੱਸਦੇ ਰੱਬ ਜੀ ਦੀ, ਮੇਰੇ ਦਿਲ ਦੇ ਅੰਦਰ ਵੱਸਦੇ ਰੱਬ ਜੀ ਦੀ ਜਿਹੜੀ ਗੱਲ ਹੁੰਦੀ ਹੈ ਨਾ, ਉਸਨੂੰ ਤੁਰਕੀ ਬਾਣੀ ਕਹਿੰਦੇ ਨੇ, ਉਹਨੂੰ ਸਤਿਗੁਰ ਕੀ ਬਾਣੀ ਕਹਿੰਦੇ ਨੇ। ਅੱਜ ਦੇ ਸ਼ਬਦ ਵਿੱਚ ਪਹਿਲਾਂ ਅਸੀਂ ਰਹਾਉ ਨੂੰ ਸਮਝਦੇ ਹਾਂ। ਮੈਨੂੰ ਕਿਹਾ ਗਿਆ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਨੂੰ ਰੋਜ਼ ਖੋਜ ਕੇ ਵੇਖ। ਤੂੰ ਬਾਹਰ ਭਟਕਦਾ ਰਹਿੰਦਾ, ਤੇਰੇ ਦਿਲ 'ਚ ਰੱਬ ਜੀ ਵੱਸਦੇ ਨੇ। ਪ੍ਰੀਤਮ ਜਾਣ ਲਿਓ ਮਨ ਮਾਹੀ, ਤੇਰੇ ਅੰਦਰ ਰੱਬ ਜੀ ਵੱਸਦੇ ਨੇ। ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਤੂੰ ਕਦੇ ਅੱਖਾਂ ਦੇ ਆਖੇ ਲੱਗ ਜਾਂਦਾ, ਆਪਣੇ ਸਰੀਰ ਦੇ ਪਿੱਛੇ ਪਏ ਰਹਿਣਾ ਜੰਗਲ 'ਚ ਭਟਕਣਾ ਹੁੰਦਾ। ਇੱਕ ਜੰਗਲ ਜਿੱਥੇ ਲੋਕ ਚਲੇ ਜਾਂਦੇ ਸੀ, ਇੱਕ ਜੰਗਲ ਜਿੱਥੇ ਜਾਨਵਰ ਰਹਿੰਦੇ ਨੇ, ਇੱਕ ਜੰਗਲ ਮੇਰਾ ਸਰੀਰ ਹੈ। ਮੈਂ ਆਪਣੀਆਂ ਅੱਖਾਂ ਦੇ ਆਖੇ ਲੱਗਦਾ ਮੈਂ ਜੰਗਲ 'ਚ ਭਟਕ ਰਿਹਾ, ਮੈਂ ਕੰਨਾਂ ਦੇ ਆਖੇ ਲੱਗਦਾ ਮੈਂ ਜੰਗਲ 'ਚ ਭਟਕ ਰਿਹਾ, ਮੈਂ ਆਪਣੇ ਜੀਵ ਦੇ ਆਖੇ ਲੱਗਦਾ ਮੈਂ ਜੰਗਲ 'ਚ ਭਟਕ ਰਿਹਾ। ਇਹਨਾਂ ਸਾਰਿਆਂ ਦੇ ਆਖੇ ਲੱਗਾਂਗਾ ਤਾਂ ਮੈਂ ਆਪਣੇ ਸਰੀਰ ਦੇ ਸੁੱਖਾਂ ਆਰਾਮਾਂ ਦੀ ਹਮੇਸ਼ਾ ਸੋਚਦਾ ਰਵਾਂਗਾ, ਇਹਨਾਂ ਦਾ ਤਾਣਾ ਬਾਣਾ ਬੁਣਦਾ ਰਵਾਂਗਾ। ਮੈਂ ਕਿਸ ਤਰ੍ਹਾਂ ਪੈਸੇ ਕਮਾਵਾਂ, ਕਿਸ ਤਰ੍ਹਾਂ ਮੈਨੂੰ ਦੁਨਿਆਵੀ ਸੁੱਖ ਮਿਲ ਜਾਣ, ਕਿਸ ਤਰ੍ਹਾਂ ਮੇਰਾ ਸਰੀਰ ਸੁਖੀ ਹੋ ਜਾਏ। ਇਹਨੂੰ ਗੁਰਮਤਿ ਦੀ ਬੋਲੀ ਵਿੱਚ ਕਹਿੰਦੇ ਨੇ ਦੇ ਅਧਿਆਸ ਹੁੰਦਾ ਸਰੀਰ ਦੀ ਪਕੜ। ਜਿਸ ਨੂੰ ਸਰੀਰ ਦੀ ਪਕੜ ਹੋ ਜਾਏ ਉਹ ਆਪਣੇ ਸਰੀਰ ਦੇ ਜੰਗਲ ਵਿੱਚ ਗੁਆਚ ਜਾਂਦਾ, ਪਰ ਉਹ ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ, ਸਰੀਰ ਦੇ ਕਿਹੜੇ ਸਵਾਦਾਂ 'ਚ ਪਿਆ ਹੋਇਆ, ਤੇਰੇ ਅੰਦਰ ਰੱਬ ਜੀ ਵੱਸਦੇ ਨੇ, ਉਹਨੂੰ ਖੋਜ ਲੈਣਾ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਤੂੰ ਆਪਣੇ ਦਿਲ ਅੰਦਰ ਖੋਜ ਕੇ ਦੇਖ, ਰੱਬ ਜੀ ਤੇਰੇ ਦਿਲ ਅੰਦਰ ਰਹਿੰਦੇ ਨੇ। ਤੇਰਾ ਪ੍ਰੀਤਮ, ਤੇਰਾ ਸ਼ੌ, ਤੇਰਾ ਬਿਲਵਟ ਤੇਰੇ ਦਿਲ ਅੰਦਰ ਰਹਿੰਦਾ, ਤੂੰ ਬਾਹਰ ਲੱਭਦਾ ਰਹਿੰਦਾ, ਤੀਰਥਾਂ 'ਤੇ ਜਾਂਦਾ ਰਹਿੰਦਾ, ਤੂੰ ਬਾਹਰ ਪੱਥਰਾਂ 'ਚੋਂ ਲੱਭਦਾ ਰਹਿੰਦਾ, ਤੂੰ ਬਾਹਰ ਕਿਤੇ ਪਹਾੜੀਆਂ 'ਚੋਂ ਲੱਭਦਾ ਰਹਿੰਦਾ, ਬਾਹਰ ਕਿੱਥੇ ਲੱਭਣ ਜਾਂਦਾ, ਬਾਹਰ ਢੂੰਡਤ ਬਹੁਤ ਦੁੱਖ ਪਾਵੇ,
ਘਰ ਅੰਮ੍ਰਿਤ ਘੱਟ ਮਾਈ ਜੀਓ, ਤੇਰੇ ਅੰਦਰ ਰੱਬ ਜੀ ਵੱਸਦੇ ਨੇ, ਉਹਨਾਂ ਦੀ ਗੱਲ ਸੁਣਿਆ ਕਰ, ਇਹ ਅੰਮ੍ਰਿਤ ਹੈ ਜਿਸ ਜਲ ਨਿਧ ਕਾਰਨ ਤੁਮ ਜਗਾਏ। ਇਹ ਜਿਹੜਾ ਸਰੋਵਰ ਤੈਨੂੰ ਮਿਲਿਆ ਹੋਇਆ, ਅੰਦਰ ਦਰਿਆਓ ਮਿਲਿਆ ਹੋਇਆ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਹੋਇਆ, ਅੰਦਰ ਗੁਰ ਸਾਗਰ ਰਤਨੀ ਭਰਪੂਰੇ ਤੈਨੂੰ ਮਿਲਿਆ, ਅੰਦਰ ਦਾ ਖਜ਼ਾਨਾ ਤੂੰ ਲੱਭਦਾ ਨਹੀਂ, ਬਾਹਰਲੇ ਚਾਰ ਗੀਟੇ ਕਮਾਉਣ ਦੇ ਚੱਕਰਾਂ ਵਿੱਚ ਤੂੰ ਗੁਆਚ ਜਾਂਦਾ। ਚਾਰ ਗੀਟੇ ਬਾਹਰਲੇ, ਚਾਰ ਗੀਟੇ ਦਾ ਮਤਲਬ ਬਾਹਰਲੇ ਪਦਾਰਥ ਔਰ ਬਾਹਰਲੀ ਮਾਇਆ ਨੂੰ ਤੂੰ ਇਸ ਕਰਕੇ ਕਮਾਉਂਦਾ ਕਿ ਮੈਂ ਆਪਣਾ ਇਹ ਸਰੀਰ ਪਾਲ ਸਕਾਂ। ਪਾਲਣ ਤੋਂ ਬਾਅਦ ਕੀ ਹੋਏਗਾ? ਕਾਮ ਸਤਾਏਗਾ। ਪਾਲਣ ਤੋਂ ਬਾਅਦ ਕੀ ਹੋਏਗਾ? ਕ੍ਰੋਧ ਸਤਾਏਗਾ। ਇਸ ਨੂੰ ਪਾਲ ਕੇ ਕੀ ਹੋ ਜਾਏਗਾ? ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਾਉਂਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਸੱਚ ਦੇ ਰੰਗ ਨਹੀਂ ਲੱਗਿਆ ਨਾ, ਤੂੰ ਇਸ ਸਰੀਰ ਨੂੰ ਜਿੰਨਾ ਮਰਜ਼ੀ ਪਾਲ ਲੈ, ਇਹ ਨਹੀਂ ਰਿੱਝੇਗਾ। ਰੱਜ ਨਾ ਕੋਈ ਜੀਵਿਆ ਪਹੁੰਚਣਾ ਚੱਲਿਆ ਕੋਈ, ਤੂੰ ਪਤਾ ਕੀ ਕਰ ਰਜਾਣਾ ਚਾਹੁੰਦਾ? ਆਪਣੇ ਆਪ ਆਪਣੀ ਪਿਆਸ ਬੁਝਾਉਣਾ ਚਾਹੁੰਦਾ। ਤੇਰੇ ਨਿੱਜ ਘਰ ਅੰਦਰ, ਤੇਰੇ ਦਿਲ ਦੇ ਅੰਦਰ ਤੇਰੇ ਰੱਬ ਜੀ ਖੁਦਾ ਜੀ ਵੱਸਦੇ ਨੇ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਹਰ ਪਲ ਆਪਣੇ ਅੰਦਰ ਆਪਣੇ ਗੋਡ ਖੁਦਾ ਵਾਹਿਗੁਰੂ ਅੱਲਾਹ ਨੂੰ ਲੱਭ ਲੈ। ਇੱਕ ਮਿੰਟ ਵੀ ਉਸਨੂੰ ਵਿਸਾਰਨਾ, ਜੇ ਵਿਸਾਰੇਗਾ ਅੰਦਰੋਂ ਖੋਜੇਗਾ ਨਹੀਂ, ਸਰੀਰ ਦੇ ਚੱਕਰ 'ਚ ਪੈ ਜਾਏਗਾ, ਬਾਹਰ ਦੇ ਚੱਕਰਾਂ 'ਚ ਪੈ ਜਾਏਗਾ, ਤਾਂ ਕੀ ਹੋਏਗਾ? ਪਰੇਸ਼ਾਨੀ ਸ਼ੁਰੂ ਹੋ ਜਾਏਗੀ, ਚਿੰਤਾ ਫਿਕਰ ਸ਼ੁਰੂ ਹੋ ਜਾਏਗਾ, ਤੈਨੂੰ ਡਰ ਸਤਾਉਣ ਲੱਗ ਪਏਗਾ, ਹਾਏ ਮੇਰਾ ਸਰੀਰ ਕਮਜ਼ੋਰ ਨਾ ਹੋ ਜਾਏ, ਹਾਏ ਫਲਾਣਾ ਮੇਰੇ ਸਿਰ 'ਤੇ ਨਾ ਚੜ ਜਾਏ, ਨਾ ਫਿਰ ਕੋਈ ਮੈਨੂੰ ਮਿਸਯੂਜ਼ ਨਾ ਕਰਨਾ ਸ਼ੁਰੂ ਕਰ ਦੇ। ਤੈਨੂੰ ਆਪਣੇ ਸਰੀਰ ਦੀ ਪਈ ਹੈ ਦੇ ਅਧਿਆਸ, ਸਰੀਰ ਦੀ ਪਕੜ। ਜਿਨ੍ਹਾਂ ਨੂੰ ਸਰੀਰ ਦੀ ਪਕੜ ਹੋ ਜਾਂਦੀ ਹੈ ਉਹਨਾਂ ਨੂੰ ਕੀ ਹੁੰਦਾ? ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਹੇ ਆ ਰਿਹਾ। ਹੁਣ ਕੀ ਹੁੰਦਾ? ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਮਰਨਾ ਨਹੀਂ ਚਾਹਤਾ, ਕਿਉਂ? ਡਰ ਲੱਗ ਰਿਹਾ, ਸਰੀਰ ਦੀ ਪਕੜ ਹੈ ਨਾ, ਮਰ ਨਾ ਜਾਵਾਂ। ਅਲਟੀਮੇਟਲੀ ਤੂੰ ਚਾਹ ਜਾਂ ਨਾ ਚਾਹ, ਇੱਕ ਦਿਨ ਇਸ ਸਰੀਰ ਨੇ ਬਿਨਸਣਾ ਹੀ ਹੈ। ਸਰੀਰ ਨਾ ਬਿਨਸ ਜਾਏ, ਸਰੀਰ ਦੀ ਪਕੜ ਦੇ ਖਿਆਲਾਂ ਦੇ ਕਾਰਨ ਤੂੰ ਆਪਣੇ ਮਨ ਦਾ ਇੱਕ ਐਸਾ ਖਿਆਲ ਤਿਆਰ ਕੀਤਾ ਹੈ, ਇੱਕ ਖਿਆਲ ਨਹੀਂ ਅਨੇਕਾ ਬੇਅੰਤ ਖਿਆਲ ਤਿਆਰ ਕੀਤੇ ਨੇ, ਜਿਹੜੇ ਝੂਠ ਦੀ ਕਸਵੱਟੀ 'ਤੇ, ਕਸਵੱਟੀ 'ਤੇ ਉਹ ਝੂਠ ਸਾਬਤ ਹੁੰਦੇ ਨੇ, ਜਿਹੜੇ ਟਿਕ ਨਹੀਂ ਸਕਦੇ ਨੇ, ਜਿਨ੍ਹਾਂ ਨੂੰ ਤੂੰ ਪਕੜ ਕੇ ਨਹੀਂ ਰੱਖ ਸਕਦਾ। ਝੂਠ ਦੇ ਖਿਆਲਾਂ ਨੂੰ ਪਕੜ ਕੇ ਨਹੀਂ ਰੱਖਿਆ ਜਾ ਸਕਦਾ। ਜਿਉਂ ਹੀ ਸੱਚ ਦੀ ਆਂਦੀ ਆਉਂਦੀ ਹੈ ਤਾਂ ਕੀ ਹੁੰਦਾ? ਦੇਖੋ ਪਾਈ ਗਿਆਨ ਕੀ ਆਈ ਆਂਦੀ, ਦੇਖੋ ਪਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ, ਰਹਿ ਨਾ ਮਾਇਆ ਬਾਂਧੀ, ਦੇਖੋ ਪਾਈ ਗਿਆਨ ਕੀ ਆਈ ਆਂਦੀ, ਦੇਖੋ ਪਾਈ ਗਿਆਨ ਕੀ ਆਈ ਆਂਦੀ। ਸੱਚ ਦੀ ਹਨੇਰੀ ਆ ਜਾਏ ਨਾ
ਸੱਚ ਦਾ ਸਟੋਰਮ ਆ ਜਾਏ, ਤੇਰੇ ਝੂਠੇ ਖਿਆਲਾਂ ਦੀ ਤਿਆਰ ਕੀਤੀ ਹੋਈ ਮਾਇਆ ਦੀ ਛੱਤ ਟਾਟੀ ਜਿਹੜੀ ਝੁੱਗੀ ਉੱਤੇ ਇੰਝ ਰਗਾਈ ਹੁੰਦੀ ਹੈ ਉੜ ਜਾਂਦੀ ਹੈ। ਜਿਸ ਇਨਸਾਨ ਨਾਲ ਸੱਚ ਦੀ ਗੱਲ ਕਰੋ ਨਾ, ਉਹ ਸੱਚ ਲੈਣਾ ਨਹੀਂ ਚਾਹੁੰਦਾ ਮੇਰੇ ਸਮੇਤ। ਕਿਉਂ? ਸੱਚ ਲੂੰਗਾ ਤੋ ਮੇਰਾ ਸਾਰਾ ਝੂਠ ਕਾ ਪੁਲੰਦਾ, ਮੇਰਾ ਝੂਠ ਕਾ ਬਣਾਇਆ ਹੋਇਆ ਘਰ ਉੜ ਜਾਏਗਾ। ਇਸ ਲਈ ਮਨੁੱਖ ਸੱਚ ਲੈਂਦਾ ਨਹੀਂ ਹੈ, ਪਰ ਜੇ ਸੱਚ ਦਾ ਤੂਫਾਨ ਆ ਜਾਏ ਇਹਦਾ ਝੂਠ ਰਹਿ ਨਹੀਂ ਸਕਦਾ, ਇਹਦਾ ਝੂਠੇ ਮਨ ਨੂੰ ਜਾਣਾ ਪੈਂਦਾ। ਜੇ ਇਹਦਾ ਝੂਠਾ ਮਨ ਨਾ ਜਾਏ ਤਾਂ ਇਹ ਇਸ ਸਰੀਰ ਨੂੰ ਅਪਵਿੱਤਰ ਕਰ ਦਿੰਦਾ। ਅਪਵਿੱਤਰ ਨੂੰ ਕਹਿੰਦੇ ਨੇ ਮੈਲਾ, ਮੈਲਾ ਕਹਿੰਦੇ ਨੇ ਹਨੇਰੇ ਨੂੰ। ਇਸ ਦਾ ਮਨ ਮੈਲਾ ਹੋਇਆ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਹੁਣ ਇਹ ਮਾਵਾਰੀ ਮਹੀਨੇ ਦਾ, ਸੰਗਰਾਂਦ ਦਾ, ਮੱਸਿਆ ਦਾ, ਪੂਰਨਮਾਸ਼ੀ ਦਾ, ਸਾਲਾਨਾ ਜਿੱਥੇ ਮਰਜ਼ੀ ਜਾ ਕੇ ਨਾ ਲਵੇ, ਤਨ ਧੋਤਾ ਮਨ ਅੱਛਾ ਨਾ ਹੋਏ। ਇਸ ਮਨ ਨੂੰ ਜਾਣਾ ਪੈਂਦਾ ਹੈ। ਕਿਉਂ? ਕਿਉਂਕਿ ਇਹ ਝੂਠ ਦੇ ਬੇਸ 'ਤੇ ਖੜਾ ਹੈ। ਮਨ ਹੈ ਹਨੇਰਾ, ਜਿਉਂ ਹੀ ਲਾਈਟ ਆਏ ਹਨੇਰਾ ਚਲਾ ਜਾਂਦਾ, ਕਦੀ ਵੀ ਲਾਈਟ ਦੇ ਸਾਹਮਣੇ ਹਨੇਰਾ ਠਹਿਰ ਨਹੀਂ ਸਕਦਾ। ਪਰ ਜਿੱਥੇ ਲਾਈਟ ਨਾ ਹੋਏ ਉੱਥੇ ਹਨੇਰੇ ਦਾ ਰਾਜ ਹੋ ਜਾਂਦਾ। ਹਨੇਰੇ ਨੂੰ ਦੂਰ ਕਰਨ ਵਾਸਤੇ ਕੋਈ ਬਹੁਤ ਵੱਡੀਆਂ ਲਾਈਟਾਂ ਨਹੀਂ ਜਗਾਉਣੀਆਂ ਪੈਂਦੀਆਂ। ਤੁਸੀਂ ਕੋਰਨਰ 'ਤੇ ਛੋਟਾ ਜਿਹਾ ਦੀਵਾ ਜਗਾ ਦਿਓ, ਪੂਰੇ ਹਾਲ ਦੇ ਅੰਦਰ ਚਾਨਣ ਹੋ ਜਾਏਗਾ। ਕਿਉਂ? ਕਿਉਂਕਿ ਚਾਨਣ ਦੀ ਪ੍ਰੈਜੈਂਸ ਵਿੱਚ ਹਨੇਰਾ ਟਿਕ ਨਹੀਂ ਸਕਦਾ। ਇਸ ਕਰਕੇ ਮੇਰਾ ਮਨ ਹਨੇਰਾ ਹੈ, ਮੇਰਾ ਮਨ ਮੈਲਾ ਹੈ, ਮੈਲਾਫਾਈਡ ਹੈ, ਮੈਲਾ ਮਨ, ਮੈਲਾਈਨ ਮਨ, ਡਿਸੀਟਫੁੱਲ ਮਨ ਮੈਨੂੰ ਅਪਵਿੱਤਰ ਕਰ ਦਿੰਦਾ। ਮੈਨੂੰ ਅਪਵਿੱਤਰ ਕਿਸ ਤਰ੍ਹਾਂ ਕਰਦਾ? ਮੈਂ ਕਿਸੇ ਦੀ ਕੋਈ ਚੀਜ਼ ਵੇਖਦਾ, ਫਲਾਣੇ ਦੇ ਕੋਲ ਕਾਰ ਹੈ, ਮੇਰਾ ਮਨ ਮੈਲਾ, ਹੁਣ ਮੇਰਾ ਦਿਲ ਕਰਦਾ ਇਹ ਕਾਰ ਮੇਰੇ ਕੋਲ ਹੋਣੀ ਚਾਹੀਦੀ ਹੈ। ਫਲਾਣੇ ਕੋਲ ਪੁੱਤਰ ਹੈ, ਇਹ ਪੁੱਤਰ ਮੇਰੇ ਕੋਲ ਹੋਣਾ ਚਾਹੀਦਾ। ਫਲਾਣੇ ਦੇ ਘਰ ਏਅਰ ਕੰਡੀਸ਼ਨਰ ਹੈ, ਸਾਡੇ ਕੋਲ ਹੋਣਾ ਚਾਹੀਦਾ। ਹੁਣ ਜਦੋਂ ਇਹ ਮੇਰਾ ਮਨ ਮੈਲਾ, ਇਹ ਮੈਨੂੰ ਇਹ ਗੱਲਾਂ ਸਿਖਾ ਰਿਹਾ, ਤਾਂ ਉਸ ਵੇਲੇ ਮੇਰਾ ਦਿਲ ਕਰਦਾ ਇਹ ਸਭ ਕੁਝ ਮੇਰੇ ਕੋਲ ਹੋਵੇ। ਵੈਸੇ ਮੈਂ ਸੁਖੀ ਸੀ, ਪਰ ਹੁਣ ਮੈਂ ਇਸ ਕਰਕੇ ਦੁਖੀ ਹਾਂ, ਇਹ ਸਾਰਿਆਂ ਕੋਲ ਕਾਰ ਔਰ ਏਅਰ ਕੰਡੀਸ਼ਨਰ ਹੈ, ਸਾਰਿਆਂ ਦੇ ਕੋਲ ਪੁੱਤਰ ਹੈ, ਮੇਰੇ ਕੋਲ ਨਹੀਂ ਹੈ। ਇਹਦਾ ਮਤਲਬ ਲੋਕ ਆਪਣੇ ਦੁੱਖਾਂ ਤੋਂ ਇਤਨੇ ਦੁਖੀ ਨਹੀਂ ਨੇ ਜਿਤਨਾ ਲੋਕਾਂ ਦੇ ਸੁੱਖਾਂ ਤੋਂ ਦੁਖੀ ਨੇ। ਜੋ ਉਨਕੇ ਪਾਸ ਹੈ ਉਹ ਮੇਰੇ ਪਾਸ ਨਹੀਂ ਹੈ। ਉਹ ਪਤਾ ਨਹੀਂ ਕਿਤਨਾ ਸੁੱਖ ਮਾਣ ਰਹੇ ਹੋਣੇ। ਇਸ ਜੈਲਸੀ ਦੇ ਨਾਲ ਇਸ ਦਾ ਮਨ ਅਪਵਿੱਤਰ ਹੋ ਜਾਂਦਾ। ਜਿਉਂ ਹੀ ਮਨ ਅਪਵਿੱਤਰ ਹੁੰਦਾ, ਇੰਨੀ ਕਮਾਈ ਛੱਡ ਦਿੰਦਾ। ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਨੀਆਂ, ਇਹ ਹਰ ਹੇਰਾ ਫੇਰੀ ਦੀ ਕਮਾਈ ਕਰਨਾ ਚਾਹੁੰਦਾ। ਮਨ ਪਵਿੱਤਰ ਨਹੀਂ ਹੈ ਨਾ। ਜੋ ਇਸ ਨੂੰ ਫੂਡ ਫੋਰਬਿਡਨ ਸੀ ਕਿ ਇਹ ਵਾਲਾ ਭੋਜਨ ਤੂੰ ਨਹੀਂ ਖਾਣਾ, ਉਹ ਇਹਨੇ ਖਾ ਲਿਆ। ਫੋਰਬਿਡਨ ਕੀ ਸੀ? ਪਰਾਇਆ ਹੱਕ ਨਾ ਖਾਇਆ ਕਰ। ਇਹਨੇ ਪਰਾਇਆ ਹੱਕ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਵਿਆਜ ਖਾਣਾ ਸ਼ੁਰੂ ਕਰਦੇ ਹਾਂ, ਇਹ ਪਰਾਇਆ ਹੱਕ ਹੁੰਦਾ, ਦੂਜਿਆਂ ਦਾ ਖੂਨ ਚੂਸਣਾ ਹੁੰਦਾ। ਇਹਦਾ ਮਤਲਬ ਇਹ ਹੋਇਆ ਕਿ ਆਸਤਾ ਆਸਤਾ ਮੇਰਾ ਮਨ ਬੜੇ ਗਲਤ ਆਹਾਰ ਕਰਨ ਲੱਗ ਪੈਂਦਾ। ਉਹ ਗਲਤ ਆਹਾਰ ਹੈ ਪਰਾਇਆ ਹੱਕ ਖਾਣ ਦੇ। ਹੁਣ ਮੈਂ ਕੀ ਕਰਾਂ? ਮੇਰਾ ਮਨ ਅਪਵਿੱਤਰ ਹੋ ਗਿਆ। ਮੈਨੂੰ ਮੇਰੇ ਮਨ ਦੇ ਨੇੜੇ ਹੀ ਅੰਦਰ ਰੱਬ ਜੀ ਰਹਿੰਦੇ ਨੇ, ਨੇੜਾ ਹੈ ਦੂਰ ਨਹੀਂ ਰਹੇ, ਉਹਨਾਂ ਨੂੰ ਲੱਭਣਾ।
ਮੈਂ ਲੱਭਿਆ ਨਹੀਂ, ਮੈਂ ਪਰਾਇਆ ਹੱਕ ਖਾਣ ਵਾਲੀ ਲੈਵਲ ਤੱਕ ਆ ਗਿਆ, ਹੁਣ ਮੈਨੂੰ ਫਿਕਰ ਸਤਾਏਗਾ ਜੋ ਮੈਂ ਕਮਾਇਆ ਮੇਰੇ ਹੱਥੋਂ ਚਲਾ ਨਾ ਜਾਏ, ਜੋ ਮੇਰੇ ਥੱਲੇ ਦਬਾ ਕੇ ਰੱਖੇ ਹੋਏ ਨੇ ਮੇਰੇ ਹੱਥੋਂ ਚੱਲੇ ਨਾ ਜਾਣ। ਇਸ ਕਰਕੇ ਕਦੇ ਵੀ ਦੇਖਣਾ, ਅਸੀਂ ਆਪਣੇ ਤੋਂ ਜਿਹੜਾ ਕਮਜ਼ੋਰ ਇਨਸਾਨ ਹੈ ਅਸੀਂ ਕਦੀ ਵੀ ਨਹੀਂ ਚਾਹਵਾਂਗੇ ਕਿ ਉੱਪਰ ਆ ਜਾਏ, ਅਸੀਂ ਕਦੀ ਨਹੀਂ ਚਾਹਵਾਂਗੇ ਕਿ ਜੋ ਸਾਡੇ ਘਰ ਭਾਂਡੇ ਮਾਂਜਦਾ ਹੈ ਅਸੀਂ ਉਹਦੇ ਬੱਚੇ ਨੂੰ ਪੜ੍ਹਾ ਦਈਏ ਤਾਂ ਕਿ ਉਹਦਾ ਬੱਚਾ ਵੀ ਖੜਾ ਹੋ ਜਾਏ, ਉਹਨਾਂ ਨੂੰ ਭਾਂਡੇ ਨਾ ਮਾਂਜਣੇ ਪੈਣ। ਸਾਡੇ ਘਰ ਵਾਲੇ ਕਹਿਣਗੇ ਲੈ ਜੇ ਇਹ ਪੜ੍ਹ ਗਏ ਔਰ ਇਹ ਭਾਂਡੇ ਨਹੀਂ ਮਾਂਜਣਗੇ ਫਿਰ ਸਾਡੇ ਭਾਂਡੇ ਕੌਣ ਮਾਂਜੇਗਾ। ਜੇ ਸਾਰੇ ਡਿੱਗੇ ਹੋਏ ਲੋਕਾਂ ਨੂੰ ਬਰਾਬਰਤਾ 'ਤੇ ਲਿਆ ਜਾਏ, ਵੰਡ ਛੱਕ ਲਿਆ ਜਾਏ, ਫਿਰ ਸਾਡੀ ਸਫਾਈਆਂ ਕੌਣ ਕਰੇਗਾ? ਹਮਨੇ ਤੋ ਸੁੱਖ ਮਾਣਨਾ ਹੈ ਨਾ, ਹਮ ਤੋ ਕਿਸਮਤ ਲੈ ਕੇ ਆਇਆ। ਇਸ ਕਰਕੇ ਅਸੀਂ ਵੰਡ ਛੱਕਣਾ ਨਹੀਂ ਕਰਾਂਗੇ, ਖੂਨ ਪਸੀਨੇ ਦੀ ਕਮਾਈ ਨਹੀਂ ਕਮਾਵਾਂਗੇ। ਮੇਰਾ ਮਨ ਮੈਲਾ ਹੋ ਗਿਆ, ਮੈਨੂੰ ਫਿਕਰ ਲੱਗੇਗਾ, ਮੈਨੂੰ ਚਿੰਤਾ ਲੱਗੇਗੀ, ਮੈਨੂੰ ਪਰੇਸ਼ਾਨੀ ਹੋਏਗੀ, ਮੈਂ ਡਰਾਂਗਾ। ਡਰ, ਫਿਕਰ, ਚਿੰਤਾ, ਤੌਖਲਾ, ਖਟਕਾ, ਇਸ ਕਿਸਮ ਦੀਆਂ ਅਨੇਕਾਂ ਬਿਮਾਰੀਆਂ ਮੇਰੇ 'ਤੇ ਲੈ ਆਵੇਗਾ ਔਰ ਮੈਂ ਦਿਨ ਰਾਤ ਚਿੰਤਾ ਫਿਕਰ 'ਚ ਰਿਹਾ ਕਰਾਂਗਾ। ਚਿੰਤਾ ਫਿਕਰ ਨਹੀਂ ਚਾਹੁੰਦਾ ਨਾ ਹੋਵੇ, ਫਿਰ ਨਾ ਨਿੱਜ ਕਰ ਦੀ ਗੱਲ ਸੁਣ। ਬੰਦੇ ਖੋਜ ਦਿਲ ਹਰ ਰੋਜ਼, ਤੇਰੇ ਅੰਦਰ ਖੁਦਾ ਵਾਹਿਗੁਰੂ ਵਸਦਾ, ਉਹਨੂੰ ਉੱਥੋਂ ਲੱਭ ਲੈ, ਉਹਦੀ ਗੱਲ ਸੁਣ ਲੈ। ਸਤਸੰਗਤ ਜੀ, ਜਿਹੜਾ ਸਾਡੇ ਅੰਦਰ ਖੁਦਾ ਵਸਦਾ ਹੁੰਦਾ ਨਾ, ਉਹਦੇ ਪੈਗਾਮ ਨੂੰ ਖੁਦਾਈ ਪੈਗਾਮ ਕਹਿੰਦੇ ਨੇ। ਜਿਹੜਾ ਅੰਦਰ ਵਸਦੇ ਵਾਹਿਗੁਰੂ ਨੂੰ ਸਮਝ ਲੈਂਦਾ, ਉਸਨੂੰ ਉਸ ਗੁਰੂ ਦੇ ਮੁੱਖ ਤੋਂ ਨਿਕਲੀ ਹੋਈ ਗੁਰਮੁਖ ਨਾਦੰਗ ਕਹਿੰਦੇ ਨੇ। ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਆ ਸਮਾਈ, ਅੰਦਰ ਵਸਦੇ ਰੱਬ ਜੀ ਦੇ ਮੁੱਖ ਤੋਂ ਨਿਕਲੀ ਹੋਈ ਆਵਾਜ਼, ਇਸੇ ਨੂੰ ਤੁਰਕੀ ਬਾਣੀ ਕਹਿੰਦੇ ਨੇ, ਇਸੇ ਨੂੰ ਖੁਦਾਈ ਪੈਗਾਮ ਕਹਿੰਦੇ ਨੇ ਔਰ ਇਸੇ ਨੂੰ ਬ੍ਰਹਮ ਬਾਣੀ ਕਹਿੰਦੇ ਨੇ। ਜੋ ਅੰਦਰ ਦੀ ਆਵਾਜ਼ ਹੈ ਇਸ ਨੂੰ ਵੇਦ ਕਹਿੰਦੇ ਨੇ, ਜੋ ਅੰਦਰ ਦੀ ਆਵਾਜ਼ ਹੈ ਇਸ ਨੂੰ ਕਿਤਾਬ ਕਹਿੰਦੇ ਨੇ। ਇਨਸਾਨ ਬਾਹਰਲੇ ਧਾਰਮਿਕ ਗ੍ਰੰਥ ਪੜ੍ਹਦਾ, ਅੰਦਰ ਦਾ ਗ੍ਰੰਥ ਨਹੀਂ ਪੜ੍ਹਦਾ। ਅੰਦਰ ਦਾ ਗ੍ਰੰਥ ਕਦੇ ਪੜ੍ਹ ਕੇ ਦੇਖ। ਬਾਹਰਲੇ ਧਾਰਮਿਕ ਗ੍ਰੰਥ ਪੜ੍ਹ ਕੇ ਬਹਿਸਾਂ ਕਰਨੀਆਂ, ਬਾਹਰਲੇ ਧਾਰਮਿਕ ਗ੍ਰੰਥ ਪੜ੍ਹ ਕੇ ਏਕ ਧਰਮ ਵਾਲਾ ਦੂਸਰੇ ਧਰਮ ਕੋ ਨੀਚਾ ਗਿਰਾਤਾ ਹੈ, ਆਪਣੇ ਧਰਮ ਕੋ ਉੱਚਾ ਕਰਤਾ ਹੈ, ਇਹਦੇ ਨਾਲ ਚਿੰਤਾ ਫਿਕਰ ਨਹੀਂ ਜਾਂਦਾ? ਇਹਦੇ ਨਾਲ ਤੌਖਲੇ ਖਟਕੇ ਨਹੀਂ ਜਾਂਦੇ? ਇਹਦੇ ਨਾਲ ਮਨ ਦਾ ਡਰ ਨਹੀਂ ਜਾਂਦਾ? ਜੇ ਤੂੰ ਆਪਣੇ ਧਰਮ ਨੂੰ ਉੱਚਾ ਕਰਕੇ ਦੂਸਰਿਆਂ ਦੇ ਧਰਮ ਗ੍ਰੰਥ ਨੂੰ ਨੀਵਾਂ ਕਰ ਦੇਂਗਾ, ਉਸਨੂੰ ਸਾੜ ਦੇਂਗਾ, ਉਹਦੇ ਪੰਨੇ ਫਾੜ ਦੇਂਗਾ, ਕਈ ਜਗ੍ਹਾ ਇਸ ਤਰ੍ਹਾਂ ਮਿਸਹੈਪਨਿੰਗ ਹੁੰਦੀ ਹੈ ਨਾ, ਤਾਂ ਪਤਾ ਕੀ ਹੋਏਗਾ? ਤੇਰੇ ਅੰਦਰ ਇਹ ਡਰ ਰਹੇਗਾ, ਦੇਖੋ ਕਹੀਂ ਹਮਾਰਾ ਧਰਮ ਹੀ ਨਾ ਖਤਮ ਹੋ ਜਾਏ। ਫਿਕਰ ਲੱਗ ਗਿਆ, ਡਰ ਲੱਗ ਗਿਆ, ਚਿੰਤਾ ਲੱਗ ਗਈ, ਧਾਰਮਿਕ ਦੁਨੀਆ ਤੋਂ ਲੈ ਕੇ ਦੁਨਿਆਵੀ ਦੁਨੀਆ ਵਿੱਚ ਮੈਨੇ ਇਤਨੇ ਕਮਾਇਆ, ਮੇਰੇ ਪੈਸੇ ਕੰਮ ਨਾ ਹੋ ਜਾਏ। ਤੁਸੀਂ ਦੇਖਣਾ ਜਿਹੜੇ ਲੋਕਾਂ ਦਾ 20 ਰੁਪਏ ਦਾ ਸਟਾਕ ਮਾਰਕੀਟ ਅੰਦਰ ਦਾਮ ਹੁੰਦਾ ਨਾ ਸ਼ੇਅਰ ਦਾ, ਜਦੋਂ 20 ਤੋਂ 400 ਹੋ ਜਾਂਦਾ ਬੜੇ ਖੁਸ਼ ਹੁੰਦੇ ਨੇ, 400 ਤੋਂ ਜੇ ਉਹ 300 'ਤੇ ਆ ਜਾਏ ਤੁਸੀਂ ਉਹਨਾਂ ਨੂੰ ਬੜਾ ਉਦਾਸ ਦੇਖੋਗੇ, ਸਟਾਕ ਮਾਰਕੀਟ ਗਿਰ ਗਈ ਹੈ, ਹਾਏ ਕਿਉਂ ਗਿਰ ਗਈ ਹੈ, 400 ਸੇ ਉੱਪਰ ਕਬ ਹੋਗਾ? ਗਿਰਨਾ ਪਸੰਦ ਨਹੀਂ ਹੈ, ਮੈਂ ਪਕੜ ਕੇ ਰੱਖਣਾ ਚਾਹੁੰਦਾ। ਦਸਤਗੀਰੀ ਨਾ ਹੈ, ਪਕੜ ਕੇ ਨਹੀਂ ਤੂੰ ਰੱਖ ਸਕਦਾ, ਤੇਰੇ ਮਨ ਦੇ ਝੂਠੇ ਖਿਆਲ। ਸਟਾਕ ਮਾਰਕੀਟ ਨੂੰ ਪਕੜਨ ਦੀ ਗੱਲ ਨਹੀਂ ਚੱਲ ਰਹੀ, ਤੇਰੇ ਮਨ ਦੇ ਝੂਠੇ ਖਿਆਲ।
ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਿਹਰ ਮੇਲਾ, ਜਦੋਂ ਅਸੀਂ ਇਹਨੂੰ ਸ਼ਹਿਰ ਉਚਾਰਨ ਕਰ ਦਿਆਂਗੇ ਨਾ ਗੜਬੜ ਹੋ ਜਾਏਗੀ। ਸ਼ਹਿਰ, ਗਾਓਂ, ਦੁਨੀਆ, ਵਿਲੇਜ, ਟਾਊਨ, ਇਹ ਉਸ ਸ਼ਹਿਰ ਦੀ ਗੱਲ ਨਹੀਂ ਚੱਲ ਰਹੀ। ਸਾਧ ਸੰਗਤ ਜੀ, ਸਿਹਰ ਦਾ ਮਤਲਬ ਹੁੰਦਾ ਜਾਦੂਗਰੀ। ਜਾਦੂਗਰੀ ਕੀ ਹੁੰਦਾ? ਅਸੀਂ ਬਚਪਨ ਹੀ ਦੇਖਦੇ ਸੀ, ਇਹ ਦੇਖੋ ਮੰਮੀ ਵੋ ਸਾਹਮਣੇ ਜਾਦੂਗਰ ਆਇਆ ਹੈ, ਮਦਾਰੀ ਆਇਆ ਹੈ, ਇਹ ਯਹਾਂ ਪਰ ਤੀਨ ਕਟੋਰੀ ਰੱਖਤਾ ਹੈ, ਦੇਖੋ ਇੱਕ ਕਟੋਰੀ ਮੇਂ ਇਸਨੇ ਤੀਨ ਸਿੱਕੇ ਡਾਲੇ, ਦੇਖੋ ਗਾਇਬ ਹੋ ਗਏ, ਕਹਾਂ ਚਲੇ ਗਏ, ਅਬ ਇਸ ਕਟੋਰੀ ਮੇਂ ਦੇਖੋ 6 ਸਿੱਕੇ ਨਿਕਲ ਆਏ, ਮੰਮੀ ਦੇਖੋ ਯਹਾਂ ਸੇ ਲੱਡੂ ਕੇ ਪੇੜੇ ਨਿਕਲ ਆਏ। ਇਹ ਸਭ ਉਹਦੀ ਜਾਦੂਗਰੀ ਹੁੰਦੀ ਹੈ, ਸੱਚ ਨਹੀਂ ਹੁੰਦਾ। ਇਹਨੂੰ ਕਹਿੰਦੇ ਨੇ ਮਦ ਵੇਖਿਆ ਕਿ ਇਹ ਭਰਮ ਐਸਾ ਜੈਸਾ ਮਨ ਹੀ ਹੋਏ ਨਾ ਤੈਸਾ। ਮੇਰਾ ਮਨ ਜਿਹੜੀ ਜਾਦੂਗਰੀ ਕਰਦਾ ਹੈ, ਇਹਨੇ ਆਪਣਾ ਮੇਲਾ ਰਚਿਆ ਹੋਇਆ। ਇਹ ਜੋ ਦੁਨੀਆ, ਦੁਨੀਆ ਹੁੰਦਾ ਮੇਰੇ ਸੋਚਣ ਦਾ ਢੰਗ, ਮੇਰੇ ਖਿਆਲ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਏ, ਤੂੰ ਆਪਣੇ ਮਨ ਦੇ ਝੂਠੇ ਜਾਦੂਗਰੀ ਵਾਲੇ ਖਿਆਲ ਪਕੜ ਕੇ ਨਹੀਂ ਰੱਖ ਸਕਦਾ। ਦਸਤਗੀਰੀ ਹੁੰਦਾ ਪਕੜ ਕੇ ਰੱਖਣਾ। ਨਹੀਂ ਰੱਖ ਸਕਦਾ, ਖਿਆਲਾਂ ਨੂੰ ਪਕੜ ਕੇ ਨਹੀਂ ਰੱਖ ਸਕਦਾ, ਤੂੰ ਤਾਂ ਆਪਣੇ ਸਰੀਰ ਨੂੰ ਪਕੜ ਕੇ ਨਹੀਂ ਰੱਖ ਸਕਦਾ। ਜਿਹੜੇ ਲੋਕ ਵੇਟ ਲਿਫਟਿੰਗ ਕਰਦੇ ਨੇ, ਜਿਹੜੇ ਲੋਕ ਜਿਮ 'ਤੇ ਜਾਂਦੇ ਨੇ, ਜਿਹੜੇ ਲੋਕ ਇਸ ਕਿਸਮ ਦੀਆਂ ਹਰਕਤਾਂ ਸਾਰੀਆਂ ਕਰਦੇ ਨੇ, ਜੇ ਤਾਂ ਉਹ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਕਰਦੇ ਨੇ ਤਾਂ ਗੱਲ ਹੋਰ ਹੈ। ਪਰ ਉਹ ਆਪਣੀ ਛਾਤੀ ਨਾਪਦੇ ਰਹਿੰਦੇ ਨੇ, ਆਪਣੇ ਡੋਲੇ ਨਾਪਦੇ ਰਹਿੰਦੇ ਨੇ, ਆਪਣਾ ਵਜ਼ਨ ਨਾਪਦੇ ਰਹਿੰਦੇ ਨੇ, ਕਈ ਸੇ ਕਮ ਨਾ ਹੋ ਜਾਏ। ਪਰ ਦੇਖਦੇ ਦੇਖਦੇ ਸਰੀਰ ਬਿਨਸਦਾ ਜਾਂਦਾ ਹੈ। ਇਹ ਜਿਹੜੇ ਖਿਆਲ ਨੇ ਨਾ, ਕਹੀਂ ਸੇ ਕੁਛ ਕੰਮ ਨਾ ਹੋ ਜਾਏ, ਇਹ ਖਿਆਲ ਸਾਨੂੰ ਖਾਸ ਤੌਰ 'ਤੇ ਬੀਬੀਆਂ ਨੂੰ ਸਤਾਉਂਦਾ ਹੈ। ਮੇਰੇ ਘਰ ਕੋਈ ਬਿਮਾਰ ਨਾ ਹੋ ਜਾਏ, ਕੋਈ ਸੰਤ ਬਾਬਾ ਜੀ ਲਾਚੀ ਦਿਓ, ਕੋਈ ਐਸਾ ਮੰਤਰ ਪਾਠ ਪੜਾਓ, ਮੇਰੇ ਘਰ ਕੋਈ ਬਿਮਾਰ ਨਾ ਹੋਏ, ਔਰ ਮੇਰੇ ਘਰ ਕੋਈ ਮਰੇ ਨਾ। ਆਸਤਾ ਆਸਤਾ ਦੇਖਦੇ ਹਾਂ ਕਿੱਥੇ ਤੈਂਡੇ ਮਾਂ ਪਿਓ, ਜਿੰਨੀ ਤੂੰ ਜਣੇ ਹੋਏ ਉਹ ਤੈ ਪਾਸੋਂ ਲੰਘ ਗਏ, ਤੂੰ ਅਜੇ ਨਾ ਪਤੀਣੇ ਹੋਏ। ਪਤਾ ਲੱਗਦਾ ਇਹ ਵੀ ਚਲੇ ਗਏ, ਇਹ ਵੀ ਚਲੇ ਗਏ, ਉਹ ਵੀ ਚਲੇ ਗਏ, ਪੜੋਸੀ ਵੀ ਚਲੇ ਗਏ, ਮੇਰੇ ਮੰਮੀ ਪਾਪਾ ਵੀ ਚਲੇ ਗਏ, ਦਾਦਾ ਦਾਦੀ ਵੀ ਚਲੇ ਗਏ, ਸਭ ਜਾਤੇ ਆ। ਤੂੰ ਪਕੜ ਕੇ ਕੁਛ ਨਹੀਂ ਰੱਖ ਸਕਦਾ, ਨਾ ਸਰੀਰ, ਨਾ ਸਰੀਰ ਕੋ ਪਕੜ ਕੇ ਰੱਖਣੇ ਵਾਲੇ ਖਿਆਲ। ਦਰਅਸਲ ਅਸੀਂ ਹੁਣ ਦੁਨੀਆ ਸਮਝ ਰਹੇ ਹਾਂ, ਮੇਰੇ ਮਨ ਦੇ ਖਿਆਲ। ਇਹ ਜੋ ਦੁਨੀਆ ਤੇਰੇ ਮਨ ਦੇ ਖਿਆਲ ਨੂੰ ਸੋਚਦੀ ਹੈ, ਮੈਂ ਐਟ ਪ੍ਰੈਜੈਂਟ ਆਪਣੇ ਪਤੀ ਨੂੰ ਜੋਰੂ ਕਾ ਗੁਲਾਮ ਬਣਾ ਕੇ ਆਪਣੀ ਸੱਸ ਨੂੰ ਸਾਰੇ ਟੱਬਰ ਨੂੰ ਕਾਬੂ ਰੱਖਿਆ ਹੋਇਆ, ਪਕੜ ਕੇ ਨਹੀਂ ਰੱਖ ਸਕਦੀ। ਸੱਸ ਚਲੀ ਗਈ, ਅੱਜ ਆਪਣੇ ਬੱਚੇ ਵੱਡੇ ਹੋ ਗਏ, ਅੱਜ ਜਦੋਂ ਆਪਣੀ ਨੂੰ ਆਈ, ਦਸਤਗੀਰੀ ਨਾ ਆਏ, ਅਬ ਤੁਮਕੋ ਸਾਸ ਬਣਨਾ ਪੜੇਗਾ, ਅਬ ਤੁਮਕੋ ਵੀ ਉਹੀ ਦਿਨ ਦੇਖਣੇ ਪੜੇਗੇ। ਪਕੜ ਕੇ ਨਹੀਂ ਰੱਖ ਸਕੇ ਆਪਣੇ ਮਨ ਦੇ ਖਿਆਲਾਂ ਨੂੰ। ਇੰਜ ਪਿਤਾ, ਮੈਂ ਆਪਣੇ ਪੁੱਤਰ ਨੂੰ ਦਬਾ ਕੇ ਰੱਖਣਾ ਹੈ। ਪੁੱਤਰ ਵੱਡਾ ਹੋਇਆ, ਪੁੱਤਰ ਕਹਿਣਾ ਹੁਣ ਨਹੀਂ ਮੰਨਦਾ, ਨਹੀਂ ਪਿਤਾ ਜੀ ਆਪ ਇਹ ਗਲਤ ਹੋ। ਪਿਤਾ ਪਕੜ ਕੇ ਰੱਖਣਾ ਚਾਹੁੰਦਾ ਹੈ। ਐਂਡ ਦਾਦਾ ਦਾਦੀ, ਹਮ ਪ੍ਰੋਪਰਟੀ ਕੋ ਆਪਣੇ ਪਾਸ ਰੱਖੇਂਗੇ, ਜਬ ਤੱਕ ਰੱਖਤੇ ਹੈ ਯੇ ਮੱਥਾ ਟੇਕਤੇ ਰਹੇਂਗੇ, ਹਾਂਜੀ ਹਾਂਜੀ ਕਰਤੇ ਰਹੇਂਗੇ, ਪਾਣੀ ਪੁੱਛਦੇ ਰਹੇਂਗੇ, ਨੂੰ ਰੋਟੀ ਪੁੱਛਦੀ ਰਹੇਗੀ, ਪ੍ਰੋਪਰਟੀ ਕੋ ਆਪਣੇ ਹੱਥ ਮੇਂ ਰੱਖੋ। ਪ੍ਰੋਪਰਟੀ ਨੂੰ ਇੰਜ ਪਕੜਿਆ ਪਕੜਿਆ ਸਵਾਸ ਨਿਕਲ ਜਾਂਦੇ ਨੇ, ਪ੍ਰੋਪਰਟੀ ਗਈ, ਕਾਗਜ਼ ਗਏ, ਤੇਰੇ ਖਿਆਲ ਗਏ। ਜਿਹੜੇ ਤੇਰੇ ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਏ, ਪਕੜ ਕੇ ਨਹੀਂ ਰੱਖ ਸਕਦਾ ਹੈ। ਇਸ ਕਰਕੇ ਕੀ ਕਰ, ਜਿਹੜੀ ਚੀਜ਼ ਨੂੰ ਪਕੜਨਾ ਨਹੀਂ ਹੈ, ਆਲਰੇਡੀ ਤੇਰੇ ਕੋਲ ਹਮੇਸ਼ਾ ਹੈ, ਆਜ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ,
ਇਟਰਨਲ, ਜਿਹੜਾ ਉਸ ਨੂੰ ਲੈ ਲੈਂਦਾ ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ, ਉਹ ਸੱਚ ਨੂੰ ਪਕੜ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕਰਦਾ, ਸੱਚ ਉਹਦੇ ਕੋਲ ਆਲਰੇਡੀ ਹੁੰਦਾ ਹੈ, ਪਕੜਨਾ ਨਹੀਂ ਪੈਂਦਾ। ਜੋ ਚੀਜ਼ ਪਕੜਾਂਗੇ ਉਹ ਛੁੱਟ ਜਾਏਗੀ, ਸੱਚ ਆਲਰੇਡੀ ਸਾਡੇ ਚਾਰੋਂ ਪਾਸੇ ਹੈ। ਤੂੰ ਦਰਿਆਓ ਦਾਣਾ ਬਿਨਾਂ ਮੈਂ ਮੱਛੀ ਕੈਸੇ ਅੰਤ ਲਾਂ, ਜੈ ਜੈ ਦੇਖਾ ਤੈ ਤੂੰ ਤੈ ਤੈ ਤੂੰ ਹੈ, ਮੱਛੀ ਚਾਰੋਂ ਪਾਸੇ ਪਾਣੀ ਹੈ, ਰੱਬ ਜੀ ਹੈ। ਮੱਛੀ ਪਾਣੀ ਪਕੜ ਪਕੜ ਕੇ ਘੜੇ ਵਿੱਚ, ਫਰਿੱਜ ਵਿੱਚ, ਟੈਂਕੀ 'ਚ ਨਹੀਂ ਰੱਖਦੀ, ਰੱਖਣਾ ਨਹੀਂ ਪੈਂਦਾ। ਰੱਬ ਜੀ ਹਨ, ਸਭ ਜਗ੍ਹਾ ਹਨ, ਤੂੰ ਰੱਬ ਜੀ ਦਾ ਸੁਣਿਆ ਲੈ, ਰੱਬ ਜੀ ਤੇਰੇ ਅੰਦਰ ਵੱਸਦੇ ਨੇ। ਸਤਸੰਗ ਜੀ ਇਹ ਰਹਾਓ ਸਮਝ ਆ ਜਾਏ ਨਾ, ਤਾਂ ਸਾਡਾ ਅੱਜ ਦਾ ਸ਼ਬਦ ਬੜਾ ਸੌਖਾ ਸੌਖਾ ਖੁੱਲਦਾ ਜਾਏਗਾ। ਮੈਨੂੰ ਸਮਝਾਇਆ ਜਾ ਰਿਹਾ, ਓਏ ਬੰਦੇ ਦਿਲ 'ਚੋਂ ਰੱਬ ਨੂੰ ਖੋਜ ਲੈ, ਜੇ ਖੋਜ ਲਏਗਾ ਤਾਂ ਪਰੇਸ਼ਾਨੀ ਨਹੀਂ ਰਹੇਗੀ, ਅਦਰਵਾਈਜ਼ ਨਾ ਫਿਰ ਪਰੇਸ਼ਾਨੀ ਮਾਏ, ਤੂੰ ਪਰੇਸ਼ਾਨ ਰਹੇਗਾ। ਇਹ ਜੋ ਦੁਨੀਆ ਸ਼ੇਰ ਮੇਲਾ, ਮਨ ਦੇ ਝੂਠੇ ਖਿਆਲ, ਸਰੀਰਕ ਦੇ ਅਧਿਆਸ ਦੇ ਜਾਦੂਗਰੀ ਵਾਲੇ, ਯੂ ਕੈਨ ਨੋਟ ਹੋਲਡ ਫੋਰ ਐਵਰ, ਪਕੜ ਕੇ ਨਹੀਂ ਰੱਖ ਸਕਦਾ। ਜਿਸ ਨੂੰ ਪਕੜਨ ਦੀ ਆਦਤ ਪੈ ਜਾਏ ਉਹ ਦੁਖੀ ਹੋਏਗਾ, ਉਹ ਟੈਂਸ ਹੋਏਗਾ, ਉਹਦੀਆਂ ਨਸਾਂ ਟੈਂਸ਼ਨ ਆ ਜਾਏਗੀ ਔਰ ਉਸਨੂੰ ਦੁੱਖ ਸਤਾਏਗਾ। ਤੁਸੀਂ ਕਦੀ ਵੀ ਦੇਖ ਲੈਣਾ, ਜੇ ਤੁਸੀਂ ਇੱਕ ਚਾਹ ਦਾ ਕੱਪ ਵੀ ਇੰਝ ਪਕੜ ਲਵੋ ਨਾ, ਘੰਟਾ ਪਕੜ ਸਕਦੇ ਹੋ, ਇੱਥੇ ਹੀ ਇੰਝ ਪਕੜੀ ਰੱਖੋ, ਡੇਢ ਘੰਟੇ ਬਾਅਦ ਬਾਂਹ ਥੱਕਣੀ ਸ਼ੁਰੂ ਹੋ ਜਾਏਗੀ, ਦੋ ਘੰਟੇ ਬਾਅਦ ਹੋਰ ਬਾਂਹ ਥੱਕਣੀ ਸ਼ੁਰੂ ਹੋ ਜਾਏਗੀ, ਤਿੰਨ ਘੰਟੇ ਬਾਅਦ ਤੁਸੀਂ ਕੱਪ ਨੂੰ ਇੰਝ ਪਕੜ ਲਓਗੇ, ਚਾਰ ਘੰਟੇ ਬਾਅਦ ਤੁਸੀਂ ਤੁਹਾਡਾ ਹੱਥ ਥੋੜ੍ਹਾ ਨੀਵਾਂ ਹੋ ਜਾਏਗਾ, ਪੰਜ ਘੰਟੇ ਬਾਅਦ ਦਿਲ ਕਰੇਗਾ ਕੱਪ ਮੈਂ ਰੱਖ ਦਿਆਂ, ਵੱਧ ਤੋਂ ਵੱਧ 6 ਘੰਟੇ ਚੁੱਕ ਲੈਣਾ, ਕੱਪ ਦੇ ਮੁਥਾਜ, ਚਾਹ ਦੇ ਕੱਪ ਦੇ ਮੁਥਾਜ। ਇਹ ਪਕੜਨਾ ਹੋਰ ਗੱਲ ਹੈ, ਮੇਰਾ ਮਨ ਮੁਥਾਜ ਹੈ, ਮੇਰਾ ਅੱਜ ਸਿਰ ਦਰਦ ਬੜਾ ਹੈ, ਸਵੇਰੇ ਚਾਹ ਨਹੀਂ ਪੀਤੀ, ਉਹ ਇੱਕ ਕੱਪ ਚਾਹ ਜੇ ਮਿਲ ਜਾਂਦੀ ਹੈ ਨਾ, ਮੇਰਾ ਸਿਰ ਦਰਦ ਠੀਕ ਹੋ ਜਾਂਦਾ ਹੈ। ਕਿਤਨਾ ਮੁਥਾਜ ਹੈ ਤੂੰ ਇੱਕ ਕੱਪ ਚਾਹ ਦਾ, ਦਸਤਗੀਰੀ ਨਾ ਹੈ, ਕੁਛ ਤੂੰ ਪਕੜ ਕੇ ਨਹੀਂ ਰੱਖ ਸਕਦਾ, ਆਪਣਾ ਰੁਤਬਾ ਵੀ ਪਕੜ ਕੇ ਨਹੀਂ ਰੱਖ ਸਕਦਾ, ਆਪਣੀ ਕੁਰਸੀ ਵੀ ਪਕੜ ਕੇ ਨਹੀਂ ਰੱਖ ਸਕਦਾ, ਆਪਣਾ ਸਟੇਟਸ ਪਕੜ ਕੇ ਨਹੀਂ ਰੱਖ ਸਕਦਾ। ਜਿਤਨਾ ਮਰਜ਼ੀ ਸ਼ਰਾਬਾਂ ਵਰਤਾ ਕੇ ਤੂੰ ਇਲੈਕਸ਼ਨ ਜਿੱਤ ਲੈ, ਕਦੇ ਵੀ ਦੁਨੀਆ ਦਾ ਕੋਈ ਮਨੁੱਖ ਆਪਣੀ ਕੁਰਸੀ ਨਹੀਂ ਪਕੜ ਸਕਦਾ। ਜੋ ਹੀ ਕੁਰਸੀ ਪਕੜੇਗਾ ਹੱਥ ਵਿਹਲੇ ਨਹੀਂ ਰਹਿਣਗੇ, ਕੁਰਸੀ ਪਕੜਨੀ ਹੈ। ਜਿਹਦੇ ਹੱਥ ਵਿਹਲੇ ਨਾ ਰਹਿਣ ਉਹ ਕੁਰਸੀ ਪਕੜ ਲੈਂਦਾ, ਉਹ ਕੰਮ ਕਰ ਹੀ ਨਹੀਂ ਸਕਦਾ। ਇਸ ਲਈ ਲੋਕ ਬੋਲਤੇ ਹੈ, ਦੇਖੋ ਹਮਨੇ ਵੋਟ ਡਾਲੀ, ਜਬ ਵੋਟ ਮੰਗਣੇ ਆਤੇ ਥੇ ਇਤਨੀ ਇਤਨੇ ਹਮਾਰੇ ਸਾਥ ਵਾਅਦੇ ਕਰਤੇ ਥੇ, ਅਬ ਕਾਮ ਨਹੀਂ ਕਰਤੇ, ਕਾਮ ਕੈਸੇ ਕਰੇ, ਕੁਰਸੀ ਪਕੜੀ ਹੋਈ ਹੈ, ਹੱਥ ਵਿਹਲੇ ਨਹੀਂ ਹੈ। ਕੁਛ ਵੀ ਪਕੜ ਕੇ ਰੱਖਣ ਵਿੱਚ ਹੱਥ ਵਿਹਲਾ ਨਹੀਂ ਰਹਿੰਦਾ, ਟੈਂਸ਼ਨ ਸਟਾਰਟਸ, ਔਰ ਇਹ ਟੈਂਸ਼ਨ ਮੈਨੂੰ ਥਕਾਉਂਦੀ ਹੈ, ਥਕਾਉਂਦੀ ਹੈ, ਮੇਰਾ ਬਲੱਡ ਸਰਕੂਲੇਸ਼ਨ ਰੁਕਦਾ ਜਾਂਦਾ, ਰੁਕਦਾ ਜਾਂਦਾ, ਹੱਥ ਸੌ ਜਾਂਦਾ, ਆਸਤਾ ਆਸਤਾ ਹਾਰਟ ਬਲੱਡ ਸਪਲਾਈ ਕਰਨਾ ਛੋੜ ਦਿੰਦਾ, ਮੇਰੇ ਹੱਥੋਂ ਪਕੜੀ ਹੋਈ ਚੀਜ਼ ਛੁੱਟ ਜਾਂਦੀ ਹੈ। ਇੱਕ ਵਾਰੀ ਸਾਂਝ ਕੀਤੀ ਸੀ, ਕਠਪੁਤਲੀਓ ਕੋ ਇਹ ਨਚਾਣੇ ਵਾਲੀ ਉਂਗਲੀਆਂ ਨਚਾਤੀ ਹੈ, ਧਾਗੇ ਬੰਨੇ ਹੋਏ ਆ, ਕਠਪੁਤਲੀਆਂ ਨੱਚਦੀਆਂ ਰਹੀਆਂ, ਇਹ ਉਂਗਲੀਆਂ ਕਠਪੁਤਲੀਓ ਕੋ ਨਚਾਤੀ ਰਹਿਤੀ ਹੈ। ਇੱਕ ਦਿਨ ਕਠਪੁਤਲੀਓ ਨੇ ਮਿਲ ਕੇ ਸੋਚਾ, ਇਹ ਉਂਗਲੀਆਂ ਹਮਕੋ ਨਚਾਤੀ ਰਹਿਤੀ ਹੈ, ਆਓ ਇਸੇ ਕੇ ਧਾਗੇ ਕੱਟ ਦਿੱਤੇ ਹੈ। ਕਠਪੁਤਲੀਆਂ ਨੇ ਮਿਲ ਕੇ ਧਾਗੇ ਕੱਟ ਦਿੱਤੇ, ਕਠਪੁਤਲੀਆਂ ਦੌੜ ਗਈਆਂ, ਭੁਲੇਖੇ ਕਾਰਨ ਉਂਗਲੀਆਂ ਨੂੰ ਨਚਾਉਣ ਦੀ ਆਦਤ ਸੀ, ਉਂਗਲੀਆਂ ਇੰਝ ਹੀ ਚੱਲਦੀਆਂ ਰਹੀਆਂ, ਉਂਗਲੀਆਂ ਨੂੰ ਪਤਾ ਹੀ ਨਹੀਂ ਹੈ ਨੀਚੇ ਕਠਪੁਤਲੀਆਂ ਕੋਈ ਨਹੀਂ ਹੈ। ਅਸੀਂ ਜਦੋਂ ਦੂਜਿਆਂ ਨੂੰ ਆਪਣੀ ਤਾਲ 'ਤੇ ਨਚਾਉਂਦੇ ਹਾਂ, ਦੂਜੇ ਬਹੁਤਾ ਚਿਰ ਨਹੀਂ ਨੱਚ ਸਕਦੇ ਨੇ, ਨੱਚਣਗੇ ਵੀ ਨਹੀਂ, ਕੋਈ ਕਿਸੇ ਨੂੰ ਆਪਣੀ ਤਾਲ 'ਤੇ ਨਹੀਂ ਨਚਾ ਸਕਦਾ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਤੂੰ ਨਿਜ ਕਰ ਦੀ ਆਵਾਜ਼ ਸੁਣ ਲੈ,
ਨਿੱਜ ਘਰ ਦੀ ਆਵਾਜ਼ ਜੇ ਤੂੰ ਸੁਣ ਲਏਗਾ ਉਹ ਤੈਨੂੰ ਸਾਚਾ ਧਨ ਪ੍ਰਾਪਤ ਹੋ ਜਾਏਗਾ। ਅਦਰਵਾਈਜ਼ ਇਸ ਸ਼ਬਦ ਨੂੰ ਜੇ ਸਮਝ ਨਾ ਹੋਵੇ, ਪਿਛਲਾ ਸ਼ਬਦ ਪੜ੍ਹੀਏ। ਪਿਛਲਾ ਸ਼ਬਦ ਹੈ ਹਰ ਜਸ ਰੇ ਮੰਨਾ ਗਾਏ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤਾ ਕਹਿਓ ਮਾਨ ਲੈ ਮੇਰੋ। ਉਹਦੇ ਵਿੱਚ ਪਤਾ ਆਉਂਦਾ ਸੰਪਤ ਰੱਥ ਧਨ ਰਾਜ ਸਿਓ ਅਤ ਨੇ ਲਗਾਇਓ। ਸੰਪਤ ਸੰਪੱਤੀ, ਸੰਪੱਤੀ ਦੁਨਿਆਵੀ ਪੈਸੇ ਦੀ ਗੱਲ ਨਹੀਂ ਚੱਲ ਰਹੀ, ਰੱਥ ਅੱਜ ਕੱਲ੍ਹ ਰੱਥ ਕੋਈ ਚਲਾਉਂਦਾ ਹੀ ਨਹੀਂ, ਦੁਨਿਆਵੀ ਰੱਥ ਦੀ ਗੱਲ ਨਹੀਂ ਚੱਲ ਰਹੀ। ਸੰਪਤ ਰੱਥ ਧਨ ਰਾਜ ਸਿਓ, ਤੂੰ ਆਪਣਾ ਇੱਕ ਮਨ ਦਾ ਰਾਜ ਬਣਾਇਆ ਹੋਇਆ ਹੈ, ਆਪਣਾ ਜਿਹੜਾ ਝੂਠਾ ਬਣਾਇਆ ਹੋਇਆ ਸਾਰਾ ਹੈ। ਕਾਚਾ ਧਨ ਸੰਪਤ ਰੱਥ ਧਨ ਰਾਜ ਸਿਓ ਅਤ ਨੇ ਲਗਾਇਓ, ਤੇਰੀ ਮੱਤ ਜਿਹੜੇ ਮੰਦੇ ਖਿਆਲਾਂ ਦਾ ਕਾਚਾ ਧਨ ਇਕੱਠਾ ਕਰਕੇ ਬੈਠੀ ਹੈ, ਮਾੜੇ ਮਾੜੇ ਖਿਆਲਾਂ ਦਾ, ਤੈਨੂੰ ਨੈਗੇਟਿਵ ਖਿਆਲ ਆਉਂਦੇ ਨੇ, ਅੱਤ ਨੇ ਲਗਾਇਓ, ਇਤਨਾ ਪਿਆਰ ਲਗਾਇਆ ਹੋਇਆ ਆਪਣੀ ਭੈੜੀ ਮੱਤ ਨਾਲ। ਕਾਲ ਫਾਸ ਜਬ ਗੱਲ ਪਰੀ, ਜਦੋਂ ਵਿਕਾਰ ਤੈਨੂੰ ਸਤਾਨਗੇ, ਸਭ ਭਇਓ ਪਰਾਇਓ, ਇਹ ਤੇਰੇ ਵੱਸ ਨਹੀਂ ਰਹੇਗਾ ਕੁਛ ਵੀ, ਤੇਰੇ ਹੱਥੋਂ ਨਿਕਲ ਜਾਏਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਦੂਜੇ ਐਂਗਲ ਲਈਏ, ਇੱਕ ਬੰਦਾ ਕਹਿੰਦਾ ਮੈਂ ਅੰਮ੍ਰਿਤ ਨਹੀਂ ਛਕਣਾ। ਪੁੱਛਿਆ ਕਿਉਂ ਨਹੀਂ ਛਕਣਾ, ਕਹਿੰਦਾ ਅੰਮ੍ਰਿਤ ਛਕਾਂਗਾ ਮੈਨੂੰ ਮੇਰੀ ਜਾਤ ਛੋੜਨੀ ਪਏਗੀ। ਅੱਛਾ, ਮੈਂ ਇਸ ਕਰਕੇ ਅੰਮ੍ਰਿਤ ਛਕਣਾ ਹੀ ਨਹੀਂ ਹੈ ਕਿਉਂਕਿ ਮੇਰੇ ਨਾਂ ਦੇ ਨਾਲ ਜਿਹੜੀ ਜਾਤ ਹੈ ਲਾਣੀ ਪਏਗੀ। ਪਰ ਜੇ ਅੰਮ੍ਰਿਤ ਛਕ ਲੈਂਦੇ ਹਾਂ ਔਰ ਉਹਨੂੰ ਪ੍ਰੈਕਟੀਕਲ ਜੀਵਨ ਹੀ ਜੀਣ ਲੱਗ ਪੈਂਦੇ ਹਾਂ ਤਾਂ ਸਾਡੀ ਜਾਤ ਚਲੀ ਜਾਂਦੀ ਹੈ, ਜਾਤ ਨੂੰ ਪਕੜ ਕੇ ਨਹੀਂ ਰੱਖ ਸਕਾਂਗੇ। ਦਸਤਗੀਰੀ ਨਾ ਹੈ, ਤੂੰ ਆਪਣੇ ਲੇਬਲ ਨਹੀਂ ਰੱਖ ਸਕਦਾ, ਆਪਣਾ ਸਟੇਟਸ ਪਕੜ ਕੇ ਨਹੀਂ ਰੱਖ ਸਕਦਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਤੂੰ ਸਰੀਰਕ ਸੁੱਖਾਂ ਦੇ ਚੱਕਰ 'ਚ ਦੁਖੀ ਰਹੇਗਾ, ਭਟਕਦਾ ਰਹੇਗਾ, ਪਰੇਸ਼ਾਨੀ 'ਚ ਰਹੇਗਾ। ਇਹ ਸ਼ਬਦ ਦਾ ਰਾਹ ਹੈ, ਪਹਿਲਾ ਪਤਾ। ਬੇਤਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਇਫਤਰਾ ਕੀ ਹੁੰਦਾ? ਝੂਠ। ਜਦੋਂ ਮੈਂ ਨਿੱਜ ਕਰਦੇ ਅੰਤਰ ਆਤਮਾ ਦੇ ਬੇਦਕਤੇਵ ਨੂੰ ਨਹੀਂ ਸੁਣਦਾ ਨਾ, ਜਿਹਨੂੰ ਅਸੀਂ ਗੁਰਮੁਖ ਨਾਦੰ ਗੁਰਮੁਖ ਵੇਦੰ ਕਹਿੰਦੇ ਹਾਂ, ਨਿੱਜ ਕਰ ਅੰਤਰ ਆਤਮੇ ਦੀ ਆਵਾਜ਼ ਜਦੋਂ ਮੈਂ ਨਹੀਂ ਸੁਣਦਾ, ਕਿਉਂ ਨਹੀਂ ਸੁਣਦਾ? ਕਿਉਂਕਿ ਮੈਂ ਉਹਨੂੰ ਝੂਠ ਸਮਝ ਰਿਹਾ। ਕੋਈ ਵੀ ਇਨਸਾਨ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣੇ ਤਾਂ ਉਸਨੂੰ ਸੱਚ ਸੁਣਾਈ ਦੇਗਾ, ਪਰ ਉਹ ਜ਼ਮੀਰ ਦੀ ਆਵਾਜ਼ ਨੂੰ ਝੂਠਾ ਸਮਝਦਾ, ਆਪਣੇ ਮਨ ਦੇ ਖਿਆਲਾਂ ਦੀ ਆਵਾਜ਼ ਨੂੰ ਸੱਚਾ ਸਮਝਦਾ, ਉਹਦੇ ਵਾਸਤੇ ਝੂਠ ਹੋ ਜਾਂਦੇ ਨੇ। ਸਾਧ ਸੰਗਤ, ਅਸੀਂ ਜਿਤਨੀ ਧਾਰਮਿਕ ਗੱਲਾਂ ਸੁਣਦੇ ਹਾਂ ਨਾ, ਸਾਰੀਆਂ ਗੱਲਾਂ ਨੂੰ ਝੂਠ ਸਮਝਦੇ ਹਾਂ, ਸਾਰੀਆਂ ਗੱਲਾਂ ਨੂੰ ਬਾਹਰੋਂ ਬਾਹਰੋਂ ਪੜ੍ਹਦੇ ਹਾਂ, ਬਾਹਰੋਂ ਬਾਹਰੋਂ ਸੁਣਦੇ ਹਾਂ, ਸੱਚ ਨਹੀਂ ਮੰਨਦੇ ਹਾਂ, ਝੂਠ ਮੰਨਦੇ ਹਾਂ। ਬੇਦਕਤੇਬ ਇਫਤਰਾ ਭਾਈ, ਤੂੰ ਝੂਠਾ ਕਰ ਦਿੱਤਾ, ਜੋ ਤੂੰ ਧਾਰਮਿਕ ਗੱਲ ਸੁਣੀ ਤੂੰ ਉਸਨੂੰ ਬਿਲੀਵ ਕਰਦਾ ਹੀ ਨਹੀਂ ਸੀ। ਬੇਦਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਸਾਧ ਸੰਗਤ, ਜੇ ਅਸੀਂ ਮਨ ਕਰ ਕਬੂ ਨਾ ਅਰਗੁਣ ਗਾਇਓ ਵਾਲਾ ਜੀਵਨ ਬਿਤਾਈਏ ਨਾ, ਜਿਹੜਾ ਕਿ ਅਸੀਂ ਬਿਤਾ ਹੀ ਰਹੇ ਹਾਂ, ਮਨ ਕਰਕੇ ਨਾ ਗਾਉਂਦੇ ਹਾਂ ਨਾ ਮਨ ਕਰਕੇ ਸੁਣਦੇ ਹਾਂ, ਸਾਡਾ ਮਕਸਦ ਆ ਦੁਨੀਆ ਨੇ ਦੇਖ ਲਿਆ ਮੈਂ ਗਾ ਲਿਆ, ਸਾਡਾ ਮਕਸਦ ਆ ਦੁਨੀਆ ਨੇ ਦੇਖ ਲਿਆ ਮੈਂ ਗੁਰਦੁਆਰੇ ਆ ਗਿਆ, ਮੈਂ ਦੁਨੀਆ ਨੂੰ ਦਿਖਾਉਣ ਵਾਸਤੇ ਸਭ ਕੁਛ ਕਰ ਰਿਹਾ, ਆਪਣੇ ਆਪ ਨੂੰ ਸਮਝਾਉਣ ਵਾਸਤੇ ਨਹੀਂ ਕਰ ਰਿਹਾ ਨਾ, ਮੈਂ ਸਾਰੇ ਉਹ ਸੱਚ ਦੇ ਮੈਸੇਜ ਨੂੰ ਝੂਠ ਕਰ ਦਿੱਤਾ, ਆਪਣੇ ਆਪ ਨੂੰ ਸੁਣਾ ਹੀ ਨਹੀਂ ਰਿਹਾ। ਨਿਸ਼ਾਨੀ ਕੀ ਹੈ, ਸਿਮਟਮ ਕੀ ਹੈ? ਦਿਲ ਕਾ ਫਿਕਰ ਨਾ ਜਾਏ, ਹੁਣ ਚਿੰਤਾ ਸਤਾਏਗੀ, ਹੁਣ ਫਿਕਰ ਸਤਾਏਗਾ।
ਇਸ ਕਰਕੇ ਤੁਸੀਂ ਦੇਖਣਾ ਜਿਹੜੇ ਲੋਕ ਪਾਠ ਵੀ ਕਰ ਰਹੇ ਹੁੰਦੇ ਨੇ, ਧਾਰਮਿਕ ਸਥਾਨ 'ਤੇ ਵੀ ਜਾ ਰਹੇ ਹੁੰਦੇ ਨੇ, ਡਰਦੇ ਨੇ, ਫਿਕਰ ਹੁੰਦਾ, ਚਿੰਤਾ ਹੁੰਦੀ ਹੈ, ਹਾਏ ਬੱਚਿਆਂ ਦਾ ਕੀ ਬਣੇਗਾ, ਹਾਏ ਇਹ ਕੀ ਬਣੇਗਾ, ਹਾਏ ਬੱਚਿਆਂ ਦਾ ਵਿਆਹ ਕਿਵੇਂ ਹੋਏਗਾ, ਜੇ ਬੱਚੇ ਪੜ੍ਹਾਉਂਗੇ ਕਿਵੇਂ, ਨਾ ਮੇਰਾ ਪਤੀ ਕਿਵੇਂ ਕਾਬੂ ਰਹੇਗਾ, ਮੇਰੀ ਪਤਨੀ ਕਿਵੇਂ ਕਾਬੂ ਰਹੇਗੀ। ਇਸ ਤਰੀਕੇ ਦੇ ਹਰ ਕਿਸਮ ਦੇ ਪ੍ਰਪੰਚ ਵਿੱਚ ਦੇ ਕਾਰਨ ਉਹ ਤਾਂਤਰਿਕ ਔਰ ਬਾਬੇ ਦੇ ਹਰ ਸੁਪਰਸਟੀਸ਼ੀਅਸ ਬਿਲੀਫ ਨੂੰ ਮੰਨਣ ਲੱਗ ਪੈਂਦੇ ਨੇ, ਕੁੰਡੀ ਕਢਾਉਣ ਲੱਗ ਪੈਂਦੇ ਨੇ, ਪੱਤਰੀ ਦਿਖਾਉਣ ਲੱਗ ਪੈਂਦੇ ਨੇ, ਆਪਣੀ ਹਸਤ ਰੇਖਾ 'ਤੇ ਬਿਲੀਫ ਕਰਨ ਲੱਗ ਪੈਂਦੇ ਨੇ। ਧਾਰਮਿਕ ਦੁਨੀਆ ਦੇ ਲੋਕ, ਇਸ ਕਰਕੇ ਤੁਸੀਂ ਦੇਖਣਾ, ਜਿਤਨੇ ਸਾਡੇ ਐਸੇ ਖਿਆਲ ਹੋਣਗੇ ਧਾਰਮਿਕ ਦੁਨੀਆ ਦੇ, ਉਤਨੇ ਬਾਬੇ ਜ਼ਿਆਦਾ ਪੱਲਣਗੇ, ਉਤਨੇ ਤਾਂਤਰਿਕ ਜ਼ਿਆਦਾ ਪੱਲਣਗੇ, ਉਤਨੀਆਂ ਸਾਨੂੰ ਗਲਤ ਮਲਤ ਕਰਾਮਾਤੀ ਕਹਾਣੀਆਂ ਸੁਣਾ ਸੁਣਾ ਕੇ ਭਟਕਾਇਆ ਜਾਂਦਾ ਹੈ, ਅਸੀਂ ਭਟਕਦੇ ਰਹਿੰਦੇ ਹਾਂ। ਬੇਤਕਤੇ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਟੁੱਕ ਦਮ ਕਰਾਰੀ, ਕਰਾਰ ਹੁੰਦਾ ਆਨੰਦ। ਤੂੰ ਜੋ ਵੀ ਭੋਜਨ ਨਿੱਜ ਕਰਦਾ, ਜੇਕਰ ਟੁਕੜਾ ਵੀ ਜੇ ਖਾ ਲਵੇਂ, ਭਾਵ ਜਿਹੜੇ ਤੇਰੇ ਅੰਦਰ ਇਹ ਭੋਜਨ ਅਲੱਭੈ ਸੰਤੋ ਲੱਭੈ ਗੁਰ ਵਿਚਾਰ, ਅੰਦਰ ਤੇਰੇ ਸੱਚ ਦਾ ਖਿਆਲਾਂ ਦਾ ਚੰਗਾ ਭੋਜਨ ਹੈ, ਜੇ ਤੂੰ ਉਹਦਾ ਜ਼ਰਾ ਜਿਹਾ ਟੋਟਾ ਵੀ ਖਾ ਲਵੇਂ, ਇੱਕ ਗ੍ਰਾਈ ਵੀ ਕਿਣਕਾ ਵੀ ਜੇ ਖਾ ਲਵੇਂ, ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰਨਾ ਮੂਹ ਆਉ, ਟੁੱਕ ਦਮ ਕਰਾਰੀ ਜੋ ਕਰੋ, ਜੇ ਤੂੰ ਲੈ ਲਵੇਂ, ਫਾਇਦਾ ਪਤਾ ਕੀ ਹੋਏਗਾ, ਹਾਜ਼ਰ ਹਜ਼ੂਰ ਖੁਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਇੱਕਦਮ ਤੇਰੀ ਕਾਇਆ ਕਲਪ ਹੋ ਜਾਏਗੀ, ਤੈਨੂੰ ਓਮਨੀ ਪ੍ਰੈਜੈਂਟ ਗੋਡ ਰਿਲਾਈਜ਼ ਹੋਣਾ ਸ਼ੁਰੂ ਹੋ ਜਾਏਗਾ, ਤੈਨੂੰ ਆਪਣੇ ਅੰਦਰ ਵਸਦਾ ਰੱਬ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਸ਼ਰਤ ਇਹ ਹੈ, ਤੂੰ ਉਹ ਭੋਜਨ ਖਾ ਲੈ, ਇਹ ਭੋਜਨ ਨੂੰ ਜੇ ਕੋ ਖਾਵੈ, ਜੇ ਕੋ ਪੁੱਛੈ, ਤਿਸਕਾ ਹੋਏ ਉਧਾਰੋ। ਸਾਧ ਸੰਗਤ, ਮੈਂ ਇਹਦੇ ਬਿਲਕੁਲ ਡਿਫਰੈਂਟ ਐਂਗਲ ਤੋਂ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰ ਰਿਹਾ ਕਿ ਜੇਕਰ ਮੈਂ ਆਪਣੇ ਬਾਹਰਲੇ ਧਾਰਮਿਕ ਗ੍ਰੰਥ ਪੜ੍ਹ ਲਵਾਂ ਜਾਂ ਆਪਣੇ ਨਿੱਜ ਘਰ ਦੀ ਆਵਾਜ਼ ਨੂੰ ਦਬਾ ਦਿਆਂ, ਸਭ ਕੁਛ ਨੂੰ ਮੈਂ ਝੂਠ ਕਰ ਦਿੱਤਾ, ਤਾਂ ਮੈਂ ਝੂਠ ਕਰਕੇ ਸੱਚ ਦਾ ਭੋਜਨ ਨਹੀਂ ਖਾਧਾ। ਪਰ ਜੇ ਮੈਂ ਥੋੜ੍ਹਾ ਜਿਹਾ ਵੀ ਸੱਚ ਦਾ ਭੋਜਨ ਖਾ ਲਵਾਂ, ਧਰਮ 'ਤੇ ਨਿਸ਼ਚਾ ਰੱਖ ਲਵਾਂ, ਕਰਾਰੀ ਨਿਸ਼ਚਾ, ਜੇ ਮੈਂ ਇਹ ਪੱਕਾ ਨਿਸ਼ਚਾ ਕਰ ਲਵਾਂ, ਤਾਂ ਮੈਨੂੰ ਖੁਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਖੁਦਾ ਪ੍ਰੈਜੈਂਟ ਹੋਣਾ ਮਹਿਸੂਸ ਹੋਣ ਸਾਰ ਫਾਇਦਾ ਕੀ ਹੁੰਦਾ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮਤਿ ਰਿਲਾਇਆ, ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂਵਰ ਤੰਤਾ, ਮੇਰੀ ਅਵਸਥਾ ਬਦਲਦੀ ਜਾਏਗੀ, ਸਭ ਚਿੰਤਾ ਫਿਕਰ ਜਾਂਦੇ ਜਾਣਗੇ। ਇੱਕ ਸ਼ਰਤ ਹੈ, ਮੈਂ ਸੱਚ ਦੇ ਭੋਜਨ ਦੀ ਇੱਕ ਬੁਰਕੀ, ਇੱਕ ਟੁਕੜਾ, ਟੁਕਦਮ ਅਤੇ ਨਿਸ਼ਚਾ ਰੱਖ ਕੇ ਇਹ ਭੋਜਨ ਸੱਚ ਦਾ, ਸੰਤੋਖ ਦਾ, ਕੰਟੈਂਟਮੈਂਟ ਦਾ ਜੇ ਖਾ ਲਵਾਂ, ਤਾਂ ਮੇਰਾ ਸਾਰਾ ਉਹ ਮੈਲਾਫਾਈਡ ਮਨ ਦਾ, ਜਿਹੜਾ ਝੂਠੇ ਖਿਆਲਾਂ ਦੀ ਦੁਨੀਆ ਦਾ ਸਿਹਰ ਮੇਲਾ, ਸਭ ਕੁਛ ਜਾਂਦਾ ਜਾਏਗਾ, ਚਿੰਤਾ ਫਿਕਰ ਚਲਾ ਜਾਏਗਾ। ਪਤਾ ਦੂਜਾ, ਦਰੋਗ ਪੜ ਪੜ ਖੁਸ਼ੀ ਹੋਏ। ਸਾਧ ਸੰਗਤ, ਦਰੋਗ ਕੀ ਹੁੰਦਾ, ਦਰੋਗ ਹੁੰਦਾ ਝੂਠੇ ਮਨ ਨਾਲ ਬਾਹਰੋਂ ਬਾਹਰੋਂ ਪੜ ਕੇ ਤੂੰ ਖੁਸ਼ ਹੁੰਦਾ। ਅਸੀਂ ਖੁਸ਼ ਹੁੰਦੇ ਹਾਂ ਨਾ ਅੱਖਾਂ ਨੂਟ ਕੇ, ਜੇ ਕੁੜੀ ਕੁੜੀ ਅੱਖੀ ਮੀਟਦੇ ਤਿਨਕਾ ਉਤਰ ਜਾਏਗਾ ਝੂਠ ਗੁਮਾਨ, ਝੂਠ ਮੂਠ ਪੜ ਪੜਾ ਕੇ ਅਸੀਂ ਘਰ ਚਲੇ ਜਾਂਦੇ, ਬੜੇ ਖੁਸ਼ ਹੁੰਦੇ, ਮੈਂ ਧਾਰਮਿਕ ਕੰਮ ਕਰਾਇਆ ਹੂੰ। ਦਰੋਗ ਪੜ ਪੜ ਖੁਸ਼ੀ ਹੋਏ, ਖੁਸ਼ ਹੁੰਦਾ। ਜੇ ਤੂੰ ਇਸ ਤਰ੍ਹਾਂ ਖੁਸ਼ ਹੁੰਦਾ ਨਾ, ਤੂੰ ਬੇਖਬਰ ਹੈ ਖੁਦਾ ਵੱਲ,
ਖੁਦਾ ਤੇਰੇ ਅੰਦਰ ਵੱਸਦਾ, ਬੰਦੇ ਖੋਜਦੀ ਲਾ ਰੋਜ਼, ਉਸ ਪਾਸੋਂ ਬੇਖਬਰ ਹੈ। ਬੇਖਬਰ ਇਨਸਾਨ ਕੀ ਕਰਦਾ? ਦੂਜੇ ਨੂੰ ਦਬਾਉਂਦਾ ਹੈ, ਦੂਜੇ ਦੇ ਸਾਹਮਣੇ ਹੰਕਾਰ ਕਰਦਾ ਹੈ, ਦੂਜੇ ਸਾਹਮਣੇ ਬਾਦ ਬਕਾਏ ਕਰਦਾ ਹੈ, ਹੰਕਾਰੀ ਬੋਲੀ ਬੋਲਦਾ ਹੈ, ਦੂਜੇ ਨੂੰ ਮਿਸਯੂਜ਼ ਕਰਕੇ ਸਪਰੈਸ ਕਰਦਾ ਹੈ। ਬਾਦ ਬਕਾਏ ਦੀ ਅਵਸਥਾ ਆ ਜਾਏਗੀ। ਬਕਾਏ ਹੁੰਦਾ ਬਕਨਾ, ਕਿਹੜਾ? ਝਗੜਿਆਂ ਵਾਲੀਆਂ ਗੱਲਾਂ। ਝਗੜਿਆਂ ਵਾਲੀਆਂ ਗੱਲਾਂ ਕਿੱਥੋਂ ਸ਼ੁਰੂ ਹੁੰਦੀਆਂ? ਮੈਂ ਉੱਚਾ ਤੂੰ ਨੀਵਾਂ, ਮੈਨੂੰ ਅਕਲ ਜ਼ਿਆਦਾ ਤੁਹਾਨੂੰ ਘੱਟ ਹੈ, ਮੈਂ ਪੜ੍ਹਿਆ ਜ਼ਿਆਦਾ ਤੁਸੀਂ ਘੱਟ ਪੜ੍ਹੇ ਹੋ, ਮੇਰੀ ਸਿਆਣਪ ਜ਼ਿਆਦਾ ਤੁਹਾਨੂੰ ਘੱਟ ਸਮਝ ਹੈ, ਮੈਂ ਅਮੀਰ ਜ਼ਿਆਦਾ ਤੁਸੀਂ ਗਰੀਬ, ਮੈਂ ਉੱਚੀ ਜ਼ਾਤ ਦਾ ਤੁਸੀਂ ਨੀਵੀਂ ਜ਼ਾਤ ਦੇ, ਮੈਂ ਧਾਰਮਿਕ ਜ਼ਿਆਦਾ ਤੁਸੀਂ ਪਤਿਤ ਹੋ। ਇਹ ਸਾਰੀਆਂ ਹੰਕਾਰ ਦੀਆਂ ਗੱਲਾਂ। ਬਾਦ ਬਕਾਏ ਕਦੋਂ? ਜਦੋਂ ਮੈਂ ਬੇਖਬਰ ਹੋਇਆ ਕਿਹਦੇ ਤੋਂ? ਮੇਰੇ ਅੰਦਰ ਖੁਦਾ ਵਸਦਾ ਹੈ, ਐਂਡ ਆਈ ਮੇਡ ਗੋਡ ਖੁਦਾ ਐਬਸੈਂਟ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਏ। ਹੱਕ ਸੱਚ ਖਾਲਕ ਖਲਕ ਮਿਆਨੇ ਸਿਆਹ ਮੂਰਤ ਨਾਏ। ਤੂੰ ਆਪਣੇ ਇਸ ਸਰੀਰ ਨੂੰ, ਜਦੋਂ ਸਾਡਾ ਸਰੀਰ ਝੂਠ ਦੀ ਪਕੜ ਵਿੱਚ ਰਹਿੰਦਾ ਨਾ, ਇਹਨੂੰ ਸਿਆਮ ਕਹਿੰਦੇ ਨੇ। ਇਸ ਮਨ ਦੇ ਖਿਆਲਾਂ ਦੇ ਸਿਆਮ ਦੇ ਅੰਦਰ, ਇਸ ਮੂਰਤ ਦੇ ਅੰਦਰ ਰੱਬ ਜੀ ਨਹੀਂ ਰਹਿੰਦੇ ਨੇ, ਮਨ ਦੇ ਝੂਠੇ ਖਿਆਲਾਂ ਦੇ ਅੰਦਰ। ਪਰ ਮੇਰੇ ਇਸ ਸਰੀਰ ਅੰਦਰ, ਮੇਰੇ ਇਸ ਸਰੀਰ ਨੂੰ ਰੱਬ ਜੀ ਨੇ ਨਿਯਮਤ ਬਣਾਇਆ। ਬੰਦੇ ਖੋਜਦੇ ਹਰ ਰੋਜ਼ ਮੈਨੂੰ ਰੱਬ ਜੀ ਪ੍ਰਾਪਤ ਹੋ ਸਕਦੇ ਨੇ, ਪਰ ਮੈਂ ਸਾਰਾ ਸਰੀਰ ਛੱਡ ਕੇ ਮਨ ਦੇ ਆਖੇ ਲੱਗ ਕੇ, ਮਨ ਦੇ ਸਿਆਮ ਮੂਰਤ ਦੇ ਅੰਦਰ ਜਾ ਕੇ ਉਹਨੂੰ ਲੱਭਦਾ ਪਿਆ, ਉੱਥੇ ਖੁਦਾ ਨਹੀਂ ਵਸਦਾ, ਸਿਆਮ ਮੂਰਤ ਨਾ ਏ। ਪਰ ਰੱਬ ਜੀ ਹੱਕ ਸੱਚ, ਜਿਹੜਾ ਮਨੁੱਖ ਹੱਕ ਸੱਚ ਦੀ ਗੱਲ ਸਮਝ ਜਾਂਦਾ ਨਾ, ਉਹ ਬੇਈਮਾਨੀ ਦੀ ਕਮਾਈ ਨਹੀਂ ਕਰਦਾ, ਉਹ ਨੇਕ ਕਮਾਈ ਕਰਨ ਲੱਗ ਪੈਂਦਾ, ਖੂਨ ਪਸੀਨੇ ਦੀ ਕਮਾਈ ਕਰਨ ਲੱਗ ਪੈਂਦਾ। ਔਰ ਕਦੋਂ? ਉਹ ਕਿਸੇ ਨੂੰ ਝੂਠਾ ਨਹੀਂ ਇਕਰਾਰ ਕਰਦਾ, ਨਾ ਕਿਸੇ ਨੂੰ ਠੱਗਦਾ ਹੈ, ਕਿਸੇ ਕੋਲ ਲੈ ਕੇ ਮੁਕਰਦਾ ਨਹੀਂ ਹੈ। ਕਿਉਂਕਿ ਉਹਨੂੰ ਹੱਕ ਸੱਚ ਦੀ ਗੱਲ ਸਮਝ ਆ ਗਈ ਹੈ। ਖਲਕ ਖਾਲਕ ਖਲਕ ਮਿਆਨੇ, ਖਾਲਕ ਹੁੰਦਾ ਖੁਦਾ, ਖਲਕ ਲੋਕਾਂ ਵਿੱਚ, ਲੁਕਾਈ ਵਿੱਚ, ਮਿਆਨੇ ਵਿੱਚ। ਖਾਲਕ ਖਲਕ ਮਿਆਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਸਾਰੇ ਲੋਕੋ ਮੈਂ ਭਗਵਾਨ ਦੀ ਵਸਦੇ ਹਾਂ, ਖੁਦਾ ਦੀ ਵਸਦੇ, ਮੈਂ ਦੋਖਾ ਕਿਸ ਕੋ ਦੂੰ? ਮੈਂ ਕਿਹਦੇ ਨਾਲ ਹੱਕ ਮਾਰਾਂ? ਕਾਇਆ ਬਦਲ ਗਈ, ਸੋਚਣੀ ਬਦਲ ਗਈ, ਮੈਂ ਹੱਕ ਕਿਹਦਾ ਮਾਰਾਂ, ਕਿਹਨੂੰ ਮੈਂ ਮੂਰਖ ਬਣਾਵਾਂ? ਇਹਦੇ ਅੰਦਰ ਖੁਦਾ ਵਸਦਾ, ਮੇਰਾ ਖੁਦਾ ਮੈਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਹੁਣ ਮੇਰਾ ਮਨ ਮੈਨੂੰ ਕਹਿੰਦਾ ਹੱਕ ਦੀ ਕਮਾਈ ਕਰਿਆ ਕਰ। ਹੱਕ ਦੀ ਕਮਾਈ ਨੇਕ ਦੀ ਕਮਾਈ ਹੁੰਦੀ ਹੈ, ਹੱਕ ਦੀ ਕਮਾਈ ਭਾਈ ਲਾਲੋ ਦੀ ਕਮਾਈ ਹੁੰਦੀ ਹੈ, ਬਿਨਾਂ ਹੱਕ ਦੀ ਕਮਾਈ ਮਲਕ ਭਾਗੋ ਦੀ ਕਮਾਈ ਹੁੰਦੀ ਹੈ। ਜਿਸ ਗੁਰਦੁਆਰੇ ਅੰਦਰ ਸ਼ੋਅ ਆਫ ਦੇ ਲੰਗਰ ਹੋਣਗੇ ਨਾ, ਉਹ ਮਲਕ ਭਾਗੂਆਂ ਵੱਲੋਂ ਹੋਣਗੇ। ਭਾਈ ਲਾਲੋ ਆ ਕੇ ਕਵੇ ਮੈਂ ਕੁਛ ਕਮਾਉਂਦਾ ਤਾਂ ਨਹੀਂ ਹਾਂ, ਪਰ ਮੇਰੇ ਵੱਲੋਂ ਅੱਜ ਦੇ ਲੰਗਰ ਦੀ ਅਰਦਾਸ ਕਰੋ, ਰਸੀਦ ਨਹੀਂ ਕੱਟੀ ਜਾਏਗੀ। ਲਾਓ, ਕਿਤਨੇ ਲਾਇਓ? ਇੱਕ ਲੰਗਰ ਕਰਾਉਣੇ ਕਾ 1 ਲੱਖ ਲੱਗਦਾ ਹੈ, ਮਾਲੂਮ ਹੈ 40 ਜੀਸ਼ੀਸ ਹਮਨੇ ਬਾਹਰ ਲਗਾਈ ਹੈ। ਭਾਈ ਲਾਲੋ ਨਹੀਂ ਕਰ ਸਕਦਾ ਲੰਗਰ ਅੱਜ ਦਾ, ਮਲਕ ਭਾਗੋ ਕਰੇਗਾ। ਕਿਉਂ? ਹੱਕ ਦੀ ਕਮਾਈ ਨਹੀਂ ਹੈ। ਅਸੀਂ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਦੇ ਹਾਂ, ਉਹਨਾਂ ਨੇ ਇਸ ਤਰ੍ਹਾਂ ਪੂੜੀ ਔਰ ਰੋਟੀ ਨੂੰ ਨਿਚੋੜਿਆ, ਮਲਕ ਭਾਗੋ ਦੀ ਰੋਟੀ 'ਚੋਂ ਲਹੂ ਨਿਕਲਿਆ, ਪੂੜੀ 'ਚੋਂ ਲਹੂ ਨਿਕਲਿਆ, ਉਹਦੀ ਰੋਟੀ 'ਚੋਂ ਖੂਨ ਨਿਕਲ, ਦੁੱਧ ਨਿਕਲਿਆ। ਇਹ ਪ੍ਰਤੀਕ ਹੈ, ਸੱਚੀ ਮੁੱਚੀ ਨਿਕਲਿਆ ਕਿ ਨਿਕਲਿਆ ਮੈਂ ਨਹੀਂ ਦੇਖਿਆ, ਮੈਂ ਜੰਮਿਆ ਨਹੀਂ ਸੀ ਉਸ ਵੇਲੇ। ਪਰ ਹੱਕ ਦੀ ਕਮਾਈ ਨੂੰ ਦੁੱਧ ਦੀ ਕਮਾਈ ਕਹਿੰਦੇ ਨੇ, ਲੋਕਾਂ ਦਾ ਖੂਨ ਚੂਸੀ ਹੋਈ ਪਰਾਏ ਹੱਕ ਦੀ ਕਮਾਈ ਨੂੰ ਲਹੂ ਦੀ ਕਮਾਈ ਕਹਿੰਦੇ ਨੇ, ਖੂਨ ਚੂਸਿਆ ਹੋਇਆ ਕਮਾਈ। ਹੱਕ ਹਲਾਲ ਦੀ ਕਮਾਈ, ਮਲਕ ਭਾਗੋ ਦੇ ਬਦਲੇ ਭਾਈ ਲਾਲੋ ਦੀ ਕਮਾਈ। ਹੱਕ ਸੱਚ ਖਾਲਕ ਖਲਕ ਮਿਆਨੇ ਸ਼ਾਮ ਮੂਰਤ ਨਾਏ। ਰੱਬ ਦਾ ਲਾਜ਼ ਆਫ ਨੇਚਰ ਮੇਰੇ ਸਰੀਰ 'ਤੇ ਚੱਲਦਾ,
ਮੈਨੂੰ ਆਪਣੀ ਸਰੀਰਕ ਪਕੜ ਛੱਡ ਕੇ ਰੱਬ ਜੀ ਦੇ ਹੁਕਮ ਨਿਯਮ ਸਿਸਟਮ ਨੂੰ ਸਮਝਣਾ ਚਾਹੀਦਾ, ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ। ਪਦਾ ਤੀਜਾ, ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਧ। ਗੁਸਲ ਕੀ ਹੁੰਦਾ? ਅਸੀਂ ਬਚਪਨ ਵਿੱਚ ਕੀ ਲੈਂਗੁਏਜ ਸੁਣਦੇ ਸੀ, ਫਲਾਣਾ ਨਹਾਉਣ ਗਿਆ ਗੁਸਲ ਖਾਨੇ। ਗੁਸਲ ਕੀ ਹੁੰਦਾ? ਇਸ਼ਨਾਨ ਕਰਨਾ, ਇਸ਼ਨਾਨ ਕਰਨ ਦੀ ਗੱਲ, ਨਹਾਉਣ ਦੀ ਗੱਲ। ਅਸਮਾਨ ਮਿਆਨੇ, ਅਸਮਾਨ ਕੀ ਹੁੰਦਾ? ਗਗਨ ਮੈਂ ਥਾਲ ਕੀ ਹੁੰਦਾ? ਆਗਾਸਾ ਆਗਾਸ ਕੀ ਹੁੰਦਾ? ਉੱਚੀ ਮੱਤ, ਚੰਗੇ ਦੀ ਮੱਤ, ਉੱਚਾ ਚੜ੍ਹ ਕੇ ਦੇਖਿਆ ਦੀ ਮੱਤ। ਅਸਮਾਨ ਮਿਆਨੇ ਲਹੰਗ ਦਰੀਆ, ਲਹੰਗ ਵਿਚਾਰ ਰਾਹੀਂ ਸੱਚ ਦੀ ਉੱਚੀ ਮੱਤ ਲੈ ਕੇ, ਅਸਮਾਨੀ ਸਤਿਗੁਰ ਦੀ ਮੱਤ ਆਕਾਸ਼ ਲੈ ਕੇ। ਸਾਡੀ ਪੁਸਤਕ ਤੁਹਾਨੂੰ ਬਾਹਰ ਮਿਲੇਗੀ ਵਿਰਾਸਤ, ਉਹਦੇ ਵਿੱਚ ਅਸੀਂ ਸਾਂਝ ਕੀਤੀ ਹੈ। ਇਹ ਚੰਦੋਆ ਕਿਸ ਗੱਲ ਦਾ ਪ੍ਰਤੀਕ ਹੈ? ਚੰਦੋਆ ਪ੍ਰਤੀਕ ਹੈ ਆਕਾਸ਼ ਦਾ। ਆਕਾਸ਼ ਥੱਲੇ ਸਾਰੇ ਭਗਵਾਨ ਕੇ ਬੰਦੇ, ਖੁਦਾ ਕੇ ਬੰਦੇ ਰਹਿ ਸਕਦੇ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਅਮੀਰ, ਗਰੀਬ, ਬੇਈਮਾਨ, ਸ਼ਰੀਫ, ਬਦਮਾਸ਼, ਚੋਰ, ਉਚੱਕੇ ਸਾਰੇ ਰਹਿ ਸਕਦੇ ਨੇ। ਸਾਰਿਆਂ ਵਾਸਤੇ ਇਕੁਐਲਿਟੀ ਦਾ ਪ੍ਰਤੀਕ ਅਸਮਾਨ। ਅਸਮਾਨ ਦਾ ਪ੍ਰਤੀਕ ਹੈ ਚੰਦੋਆ। ਚੰਦੋਆ ਪ੍ਰਤੀਕ ਹੈ, ਇੱਥੇ ਜਿਹੜੀ ਬਾਣੀ ਦੱਸੀ ਜਾ ਰਹੀ ਹੈ ਨਾ, ਸਾਰਿਆਂ ਵਾਸਤੇ ਬਰਾਬਰ ਹੈ। ਵਿਤਕਰਾ ਨਹੀਂ ਹੈ ਕਿ ਕੋਈ ਖਾਸ ਮਜ਼ਹਬ ਵਾਲੋਂ ਕੇ ਲਈ ਹੈ, ਸਭ ਕੇ ਲਈ ਹੈ। ਉਪਦੇਸ਼ ਹੋ ਵਰਨਾ ਕੋ ਸਾਂਝਾ ਹੈ। ਅਸਮਾਨ ਦੀ ਗੱਲ ਨਾ ਬਰਾਬਰਤਾ ਵਾਸਤੇ ਹੁੰਦੀ ਹੈ, ਇਕੁਐਲਿਟੀ ਵਾਸਤੇ ਹੁੰਦੀ ਹੈ। ਅਸਮਾਨ ਮਿਆਨੇ ਸੱਚ ਦੀ ਉੱਚ ਦੀ ਵਿਚਾਰ ਜੇ ਤੂੰ ਕਰ ਲਵੇਂ, ਤੈਨੂੰ ਅੰਡਰਸਟੈਂਡਿੰਗ ਹੋ ਜਾਏਗੀ। ਅਸਮਾਨ ਮਿਆਨੇ ਲਹੰਗ ਦਰਿਆ, ਸੱਚ ਦੀ ਵਿਚਾਰ ਦਾ ਦਰਿਆ, ਸਮੁੰਦਰ ਵਗਦਾ ਪਿਆ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਧ। ਬੂਧ ਹੁੰਦਾ ਸ਼ੁੱਡ ਬੀ, ਟੂ ਬੀ ਡਨ, ਜੋ ਕਰਨਾ ਚਾਹੀਦਾ ਸੀ। ਤੂੰ ਸੱਚ ਦੇ ਖਿਆਲਾਂ ਦੇ ਅੰਦਰ ਅੰਤਰ ਕੀ ਗੱਤ, ਤਾਂ ਹੀ ਜੀਓ ਵਾਲਾ ਇਸ਼ਨਾਨ ਕਰਿਆ ਕਰ। ਉਹਨੂੰ ਕਹਿੰਦੇ ਨੇ ਅੰਤਰਗਤ ਤੀਰਥ ਮਲ ਲਾਓ। ਤੇਰੇ ਅੰਦਰ ਅਸਮਾਨ ਵਾਲੇ ਖੁਦਾ ਜੀ ਵਸਦੇ ਨੇ, ਉਹਨਾਂ ਦੇ ਦਰਿਆ ਦੇ ਅੰਦਰ ਨਹਾ ਲੈ, ਆਪਣੇ ਮੈਲੇ ਮਨ ਨੂੰ ਸਾਫ਼ ਕਰ ਲੈ। ਤੇਰੇ ਮਨ ਦਾ ਚਿੰਤਾ, ਫਿਕਰ, ਤੌਖਲਾ, ਡਰ ਚਲਾ ਜਾਏਗਾ, ਤੇਰੇ ਮਨ ਦੀ ਅਪਵਿੱਤਰਤਾ ਚਲੀ ਜਾਏਗੀ, ਮਨ ਤੇਰਾ ਠੀਕ ਹੋ ਜਾਏਗਾ, ਕਾਂ ਤੋਂ ਹੰਸ ਬਚ ਜਾਏਗਾ, ਕਾਗੋਂ ਹੰਸ ਹੋ ਜਾਏਗਾ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਧ, ਤੂੰ ਇਹ ਅੰਦਰ ਦਾ ਇਸ਼ਨਾਨ ਕਰ। ਕਰ ਫਖਰ ਦਾਇਮ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ। ਫਖਰ ਕੀ ਹੁੰਦਾ? ਫਖਰ ਹੁੰਦਾ ਇੱਕ ਚੀਜ਼ ਨੂੰ ਪ੍ਰਾਪਤ ਕਰਨ ਦੀ ਐਂਗਜ਼ਾਇਟੀ, ਜਿਸ ਨੂੰ ਅਸੀਂ ਕੰਸੀਡਰ ਕਰਦੇ ਹਾਂ, ਉਹ ਪ੍ਰਾਪਤ ਕਰਨ ਦਾ ਦਿਲ ਕਰਦਾ। ਮੈਂ ਕੰਸੀਡਰ ਕਰਦਾ ਮੈਨੂੰ ਲੋਨ ਚਾਹੀਦਾ, ਲੋਨ ਵਾਸਤੇ ਹੁਣ ਮੇਰੀ ਐਂਗਜ਼ਾਇਟੀ ਹੋ ਗਈ, ਮੈਂ ਜਾਣਾ ਹੈ, ਮੈਨੂੰ ਕੋਈ ਮਿਲੇ, ਮੇਰਾ ਲੋਨ ਕੋਈ ਪਾਸ ਕਰ ਦੇ, ਐਂਗਜ਼ਾਇਟੀ ਹੋ ਗਈ। ਕੋਈ ਵੀ ਚੀਜ਼ ਪ੍ਰਾਪਤ ਕਰਨਾ, ਉਹਨੂੰ ਕੰਸੀਡਰ ਕਰਕੇ ਪ੍ਰਾਪਤ ਕਰਨਾ। ਕਰ ਫਖਰ ਦਾਇਮ ਲਾਏ ਚਸ਼ਮੇ, ਹਮੇਸ਼ਾ ਉਸਦੀ ਯਾਦ ਵਿੱਚ ਜੀਂਦੇ ਰਹਿਣਾ। ਕਰ ਫਖਰ ਦਾਇਮ ਲਾਏ ਚਸ਼ਮੇ, ਚਸ਼ਮੇ ਨਜ਼ਰੀਆ ਵੇਖਣ ਦਾ, ਕੀ ਜਾਂ ਤਾਂ ਮੌਜੂਦ, ਸਭ ਜਗ੍ਹਾ ਰੱਬ ਜੀ ਰਹਿੰਦੇ ਨੇ, ਤਾਂ ਹੀ ਹੱਥ ਸੱਚ ਦੀ ਕਮਾਈ ਕਰਾਂਗਾ ਨਾ, ਤਾਂ ਹੀ ਮੈਂ ਕਿਸੇ ਨੂੰ ਦਬਾਵਾਂਗਾ ਨਹੀਂ ਨਾ, ਤਾਂ ਹੀ ਮੈਂ ਕਿਸੇ ਨਾਲ ਵਿਤਕਰਾ ਨਹੀਂ ਕਰਾਂਗਾ ਨਾ, ਤਾਂ ਹੀ ਮੈਂ ਸਾਰਿਆਂ ਨਾਲ ਪਿਆਰ ਕਰਾਂਗਾ ਨਾ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਧ, ਕਰ ਫਖਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਤੈਨੂੰ ਸਭ ਜਗ੍ਹਾ ਖੁਦਾ ਜੀ ਹਾਜ਼ਰ ਨਾਜ਼ਰ ਸਮਝ ਆ ਜਾਣਗੇ, ਸਭ ਜਗ੍ਹਾ ਤਾਂ ਹਾਜ਼ਰ ਨਾਜ਼ਰ ਸਮਝ ਆਉਣਗੇ ਜੇ ਤੂੰ ਬੰਦੇ ਖੋਜ ਦਿਲ ਹਰ ਰੋਜ਼ ਅੰਦਰ, ਜੇ ਦਿਲ ਲੱਭ ਲਏਗਾ। ਜਿਸਨੇ ਅੰਦਰੋਂ ਨਹੀਂ ਨਾ ਵੇਖਿਆ, ਉਹ ਬਾਹਰੋਂ ਨਹੀਂ ਦੇਖ ਸਕਦਾ। ਜਿਸਦਾ ਪਰਲੋਕ ਸੁਖੀ ਨਹੀਂ ਹੈ ਨਾ, ਉਹ ਬਾਹਰ ਲੋਕ 'ਚੋਂ ਰੱਬ ਜੀ ਨਹੀਂ ਲੱਭ ਸਕਦਾ। ਪਰ ਜਿਹਦਾ ਪਰਲੋਕ ਸੁਖੀ ਹੈ, ਉਹਨੂੰ ਕਹਿੰਦੇ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਹੁਣ ਮਨ ਦਾ ਸ਼ੱਕ, ਮਨ ਦਾ ਤੌਖਲਾ, ਮਨ ਦਾ ਮਿਸਟਰਸਟ, ਮਨ ਦੀ ਮੈਲ,
ਸਾਰੀ ਗਈ। ਕਿਉਂ? ਕਿਉਂਕਿ ਹੁਣ ਮਨ ਨੇ ਅਪਵਿੱਤਰਤਾ ਛੱਡ ਦਿੱਤੀ ਹੈ, ਸੱਚ ਦੇ ਨਾਲ ਮਰਜ ਹੋ ਗਿਆ। ਜੈ ਤਾਂ ਮੌਜੂਦ ਖੁਦਾ ਨਜ਼ਰ ਆ ਗਿਆ ਨਾ, ਜਦੋਂ ਖੁਦਾ ਨਜ਼ਰ ਆ ਜਾਏ ਅਸੀਂ ਐਮਬਰੇਸ ਕਰ ਲੈਂਦੇ ਹਾਂ, ਇੱਕ ਦੁਨੀਆ ਸਮਝਦੀ ਹੈ, ਇੱਕ ਦਿਨ ਮਰ ਜਾਏਂਗੇ ਤੋ ਖੁਦਾ ਆਏਗਾ ਔਰ ਕਬਰ ਮੇਂ ਸੇ ਮੁਝੇ ਲੈ ਕੇ ਆਏਗਾ। ਪਰ ਜੇ ਮੈਂ ਇਸ ਨਿਮਰਤਾ 'ਚ ਆ ਜਾਂ, ਸਾਰਿਆਂ ਸਭ ਜਗ੍ਹਾ ਰੱਬ ਜੀ ਖੁਦਾ ਵੱਸਦੇ ਨੇ, ਰੱਬ ਖੁਦਾ ਨੇ ਮੈਨੂੰ ਐਮਬਰੇਸ ਜੀਂਦੇ ਜੀ ਕਰ ਲਿਆ, ਅੱਲਾਹ ਪਾਕੰਗ ਪਾਕ ਹੈ, ਮੇਰਾ ਮਨ ਪਵਿੱਤਰ ਹੋ ਗਿਆ ਕਿਉਂਕਿ ਮੈਂ ਅੱਲਾਹ ਨੂੰ ਪਾਕ ਸਮਝ ਲਿਆ। ਜੋ ਹੀ ਪਾਕ ਅੱਲਾਹ ਨੂੰ, ਪਵਿੱਤਰ ਅੱਲਾਹ ਨੂੰ ਸਮਝ ਲਓ, ਖੁਦਾ ਨੂੰ ਸਮਝ ਲਓ, ਰਾਮ ਵਾਹਿਗੁਰੂ ਨੂੰ ਸਮਝ ਲਓ ਨਾ, ਗੋਡ ਨੂੰ, ਤਾਂ ਮੇਰੇ ਮਨ ਪਵਿੱਤਰ ਹੋ ਜਾਂਦਾ। ਸ਼ੱਕ ਕਰੋ ਜੇ ਦੂਸਰ ਹੋਏ, ਦੂਸਰ ਰਿਹਾ ਹੀ ਨਹੀਂ, ਮੇਰਾ ਮਨ ਸੀ ਦੂਸਰ, ਮੇਰਾ ਮਨ। ਦਾ ਅਦਰ ਇਜ਼ ਹੈਲ, ਦਾ ਮੂਮੈਂਟ ਯੂ ਕ੍ਰੀਏਟ ਅਦਰ, ਅਦਰ ਹੁੰਦਾ ਜਮ, ਅਦਰ ਹੁੰਦਾ ਦੂਜਾ, ਅਦਰ ਹੁੰਦਾ ਅਵਰ, ਅਵਰ ਹੁੰਦਾ ਆਨ। ਧਰ ਜੀੜੇ ਇੱਕ ਟੇਕ ਤੂੰ ਲਾਏ ਬਿਡਾਣੀ ਆਸ, ਅਵਰ ਹੁੰਦਾ ਬਿਡਾਣੀ, ਅਵਰ ਬਿਡਾਣੀ ਆਨ ਦੂਸਰ, ਅਦਰ ਇਜ਼ ਹੈਲ। ਤੂੰ ਆਪਣੇ ਵਾਸਤੇ ਨਰਕ ਕ੍ਰੀਏਟ ਕਰ ਲੈਂਦਾ ਜਦੋਂ ਆਪਣੇ ਬਾਰੇ ਸੋਚਦਾ ਨਹੀਂ ਹੈ ਕਿ ਮੈਂ ਕਿੱਥੇ ਖੜ੍ਹਾ ਹਾਂ, ਮੇਰਾ ਜੀਵਨ, ਮੇਰਾ ਕਰੈਕਟਰ, ਮੇਰੀ ਸੋਚਣੀ ਕੀ ਹੈ। ਮੈਨੂੰ ਸੱਚ ਦੇ ਖਿਆਲ ਹੀ ਨਹੀਂ ਆਉਂਦੇ ਨੇ। ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਖਰਾ ਖਰਾ ਆਖੇ ਸਭ ਕੋਈ, ਨਾਨਕ ਜੀ ਵਿੱਚ ਰੂਪਾ ਹੋਏ। ਮੈਨੂੰ ਅੰਦਰੋਂ ਖਰੇ ਖਰੇ ਖਿਆਲ ਆਉਂਦੇ ਨੇ ਜੇਕਰ ਮੈਂ ਅੰਦਰ ਰੱਬ ਜੀ ਨੂੰ ਮੌਜੂਦ ਸਮਝ ਲਾਂ, ਉਹਨਾਂ ਦੀ ਗੱਲ ਨੂੰ ਸਮਝਾਂ। ਉਹਨੂੰ ਕਹਿੰਦੇ ਨੇ ਨਾਨਕ ਜੇ ਵਿੱਚ ਰੂਪਾ ਹੋਏ, ਜੇ ਅੰਦਰ ਚਾਂਦੀ ਸੱਚ ਪ੍ਰਾਪਤ ਹੋ ਗਿਆ। ਖਰੇ ਖਿਆਲ ਆਉਂਦੇ ਨੇ ਜਿਨ੍ਹਾਂ ਨੂੰ ਖਰੇ ਖਿਆਲ ਨਾ ਆਉਣ, ਉਹਨਾਂ ਨੂੰ ਸੁਪਨੇ 'ਚ ਵੀ ਭੈੜੇ ਖਿਆਲ ਆਉਂਦੇ ਨੇ, ਜਾਗਦਿਆਂ ਵੀ ਭੈੜੇ ਖਿਆਲ ਆਉਂਦੇ ਨੇ, ਔਰ ਭੈੜੇ ਖਿਆਲ ਉਹਨਾਂ ਨੂੰ ਚਿੰਤਾ, ਫਿਕਰ, ਟੈਨਸ਼ਨ 'ਚ ਪਾਈ ਰੱਖਦੇ ਨੇ, ਤੌਖਲੇ ਵਿੱਚ ਪਾਈ ਰੱਖਦੇ ਨੇ, ਪਰੇਸ਼ਾਨੀ ਵਿੱਚ ਪਾਈ ਰੱਖਦੇ ਨੇ। ਕਹਿੰਦੇ ਕਰ ਫਖਰ ਦਾਇਮ ਲਾਏ ਚਸ਼ਮੇ ਜਾਂ ਤਾਂ ਮੌਜੂਦ, ਹੋਏਗਾ ਕਿ ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਮੇਰਾ ਮਨ ਚਲਾ ਗਿਆ, ਮਨ ਇਜ਼ ਗੋਨ, ਜੋ ਹੀ ਮੇਰਾ ਮਨ ਗਿਆ ਮੈਨੂੰ ਪਵਿੱਤਰਤਾ ਪ੍ਰਾਪਤ ਹੋ ਗਈ, ਰਿਲਾਈਜ਼ ਹੋ ਗਿਆ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਕਰੀਮ ਹੁੰਦਾ ਦਿਆਵਾਨ, ਮਰਸੀਫੁਲ ਗੋਡ, ਖੁਦਾ ਵਾਹਿਗੁਰੂ, ਰੱਬ ਜੀ ਦਾ ਦਿਆਵਾਨ ਹੋਣ ਦਾ ਪ੍ਰਤੀਕ ਹੈ। ਉਹ ਸਾਰੀ ਦੁਨੀਆ ਨੂੰ ਗੁਰਪ੍ਰਸਾਦ ਦਿੰਦੇ ਨੇ, ਸਾਰੀ ਦੁਨੀਆ ਨੂੰ ਆਪਣਾ ਕਰਮ, ਗ੍ਰੇਸ, ਕਿਰਪਾ, ਬਖਸ਼ਿਸ਼ ਦਾ ਸੁਨਿਆ ਦਿੰਦੇ ਨੇ। ਜੋ ਲੈ ਲੈਂਦਾ, ਲੈਣ ਤੋਂ ਬਾਅਦ ਉਹਨੂੰ ਜੋ ਸਮਝ ਆਉਂਦੀ ਹੈ, ਉਹ ਕਰੈ ਜਾਣੈ ਸੋਏ, ਉਸ ਸਮਝ ਆ ਜਾਂਦੀ ਹੈ, ਰੱਬ ਜੀ ਸਭ ਜਗ੍ਹਾ ਨੇ, ਉਹਦੀ ਪਰੇਸ਼ਾਨੀ ਤੌਖਲਾ ਚਲਾ ਜਾਂਦਾ, ਉਹ ਮਨ ਦੂਸਰ ਖਤਮ ਹੋ ਜਾਂਦਾ, ਸਰੀਰਕ ਪਕੜ ਖਤਮ ਹੋ ਜਾਂਦੀ ਹੈ, ਝੂਠ ਅੰਦਰੋਂ ਚਲਾ ਜਾਂਦਾ, ਖਰਾ ਖਰਾ ਸੁਨਿਆ ਆਉਣਾ ਸ਼ੁਰੂ ਹੋ ਜਾਂਦਾ, ਔਰ ਸ਼ੱਕ ਖਤਮ ਹੋ ਜਾਂਦਾ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਸੱਚ ਲੈਣ ਸਾਰ ਬੇਫਿਕਰੀ, ਆਨੰਦਿਤ ਅਵਸਥਾ ਆ ਜਾਂਦੀ ਹੈ, ਕਰਾਰੀ, ਕਰਾਰ, ਆਨੰਦ, ਖੇੜਾ, ਵਿਗਾਸ ਹਮੇਸ਼ਾ ਲਈ ਪ੍ਰਾਪਤ ਹੋ ਜਾਂਦਾ। ਪਿਛਲਾ ਸ਼ਬਦ ਨਾਲ ਰਲਾ ਕੇ ਪੜ੍ਹ ਕੇ ਸਾਨੂੰ ਗੱਲ ਸਮਝ ਆ ਜਾਂਦੀ ਹੈ, ਔਰ ਸਮਝ ਆਉਣ ਤੋਂ ਬਾਅਦ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ ਸਮਝ ਆ ਜਾਂਦਾ ਕਿ ਖੁਦਾ ਨਾਲ ਜੇ ਜੁੜ ਜਾਓ, ਐਬ ਤੋਂ, ਔਗੁਣਾਂ ਤੋਂ ਬੇਐਬ ਹੋ ਜਾਂਦੇ ਹਾਂ। ਮੇਰਾ ਮਨ ਜੋ ਸਾਫ਼ ਹੋ ਗਿਆ ਨਾ, ਮਨ ਮੈਲੇ ਸਭ ਕੁਛ ਮੈਲਾ ਸੀ, ਹੁਣ ਇਸ ਮਨ ਦੀ ਕੂੜ ਦੂਰ ਹੋ ਗਈ, ਮਨ ਸਾਫ਼ ਹੋ ਗਿਆ। ਸਾਫ਼ ਮਨ ਨਿਜ ਘਰ ਅੰਦਰ ਗਿਆ, ਉੱਥੇ ਦੇਖ ਕੇ ਕਹਿੰਦਾ ਸੱਚਖੰਡ ਵਸੈ ਨਿਰੰਕਾਰ, ਉੱਥੇ ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਜਾਂਦਾ, ਖੇੜਾ ਆ ਜਾਂਦਾ।